ਮਜ਼ਾ ਤਾਂ ਬਹੁਤ ਆ ਰਿਹਾ ਪਰ ਹਵਾ ਇੰਨੀ ਜ਼ਿਆਦਾ ਚੱਲ ਰਹੀ ਆ, ਹੱਥ ਸੁੰਗੜ ਰਹੇ ਆ। 45 ਦੇਸ਼ ਘੁੰਮਣ ਤੋਂ ਬਾਅਦ ਮੈਂ ਇਹ ਚੀਜ਼ ਕਹਿ ਸਕਦਾ ਵੀ ਉਹਨਾਂ 45 ਦੇਸ਼ਾਂ ਦੇ ਵਿੱਚ ਇੰਨੀ ਸੋਹਣੀ ਜਗ੍ਹਾ ਮੈਂ ਹੋਰ ਕਿਤੇ ਨਹੀਂ ਦੇਖੀ। ਬਾਈ ਇੱਥੇ ਆ ਗਏ ਪਰ ਹਵਾ ਇੰਨੀ ਤੇਜ਼ ਚੱਲ ਰਹੀ ਆ, ਪਤਾ ਨਹੀਂ ਆਵਾਜ਼ ਸੁਣ ਰਹੀ ਹੋਊਗੀ ਕਿ ਨਹੀਂ। ਇਸ ਜਗ੍ਹਾ ਦੇ ਉੱਤੇ ਵੀ ਬਾਈ ਕਈ ਸਾਰੀਆਂ ਬਾਲੀਵੁੱਡ ਫਿਲਮਾਂ ਸ਼ੂਟ ਹੋਈਆਂ, ਮੈਨੂੰ ਲੱਗਦਾ ਇਹ ਦੇਖ ਕੇ ਮੈਨੂੰ ਇੱਦਾਂ ਯਾਦ ਆ ਰਿਹਾ ਇਸ ਜਗ੍ਹਾ ਨੂੰ ਨਾ। ਵੀ ਵਧੀਆ ਕੀਤਾ ਹੋਇਆ ਕੰਮ ਇਹਨਾਂ ਨੇ ਯਾਰ, ਜਿਵੇਂ ਚਾਈਨਾ ਨੇ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਟਨਲਸ ਪਰਫੈਕਟ ਕੀਤੀਆਂ ਹੋਈਆਂ ਸੀ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਨਵੇਂ ਦਿਨ ਅਤੇ ਨਵੀਂ ਵੀਡੀਓ ਦੇ ਵਿੱਚ। ਆ ਕੀ ਹੋਇਆ ਬਈ, ਬੋਤਲਾਂ ਟੁੱਟ ਰਹੀਆਂ ਕਿਉਂਕਿ ਕੱਲ੍ਹ ਬਈ ਮੈਨੂੰ ਲੱਗਦਾ ਸੈਟਰਡੇ ਨਾਈਟ ਕਰਕੇ ਸੰਡੇ ਅੱਜ, ਅਤੇ ਬਹੁਤ ਹੀ ਜ਼ਿਆਦਾ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ, ਜੇ ਦਿਖ ਰਿਹਾ ਤਾਂ ਦੂਰ ਦੂਰ ਤੱਕ ਪੂਰੇ ਕਲੱਬ ਕਲੱਬ ਅਤੇ ਪਤਾ ਨਹੀਂ ਕੀ ਹੈ। ਮੈਂ ਤਾਂ ਇਸ ਪਾਸੇ ਮੁੜਿਆ ਹੀ ਨਹੀਂ ਕਦੇ, ਸੱਜੇ ਮੁੜਦੇ ਬਈ ਸਾਰੇ ਹੀ ਕਲੱਬ ਕਲੱਬ ਨੇ, ਪੂਰਾ ਗੰਦ ਗਾਹ ਪਾਇਆ ਹੋਇਆ ਲੋਕਾਂ ਨੇ, ਬੋਤਲਾਂ ਬੋਤਲਾਂ ਸੜਕ ਦੇ ਉੱਤੇ ਇੱਦਾਂ ਹੀ ਪਈਆਂ ਹੋਈਆਂ। ਸੋ ਚਲੋ ਹੁਣ ਆਪਾਂ ਚੱਲਦੇ ਹਾਂ ਇੱਥੋਂ ਕ੍ਰੋਸ ਕਰਕੇ, ਸ਼ਾਇਦ ਮੈਂ ਇੱਧਰ ਤਾਂ ਨਹੀਂ ਜਾਣਾ ਕਿਤੇ ਯਾਰ, ਚੈੱਕ ਕਰਨਾ ਪੈਣਾ। ਬਈ ਇੰਨਾ ਗੰਦ ਸੀ ਨਾ ਉੱਥੇ, ਤੁਸੀਂ ਐਕਸਪੈਕਟ ਵੀ ਨਹੀਂ ਕਰ ਸਕਦਾ, ਮੇਰੇ ਥੱਲੇ ਵੀ ਕੈਨ ਆ ਰਿਹਾ ਵਾਰ ਵਾਰ। ਆ ਦੇਖੋ ਉਹ ਦੇਖੋ ਕਿੰਨਾ ਗੰਦ ਪਿਆ ਹੋਇਆ, ਉਹ ਬਾਈ ਕਰ ਰਿਹਾ ਸਾਫ਼ ਇੱਧਰ ਸਾਰਾ ਹੀ। ਪਿੱਛੇ ਸਟਰੀਟ ਦੇ ਉੱਤੇ ਬਈ ਗੰਦ ਹੀ ਗੰਦ ਪਾਇਆ ਹੋਇਆ, ਬੋਤਲਾਂ ਗੱਡੀਆਂ ਥੱਲੇ ਆ ਕੇ ਟੁੱਟ ਰਹੀਆਂ, ਬਹੁਤ ਸਾਰੇ ਮਤਲਬ ਇੱਥੋਂ ਦੇ ਲੋਕਲ ਲੱਗਦੇ ਨੇ, ਕੁਛ ਟੂਰਿਸਟ ਲੱਗਦੇ ਨੇ, ਕੁਛ ਅਫਰੀਕਨਸ ਲੱਗਦੇ ਨੇ, ਪੂਰਾ ਗਾਹ ਪਾਇਆ ਹੋਇਆ ਪਿਛਲੀ ਉਹ ਸਟਰੀਟ ਦੇ ਉੱਤੇ। ਮੇਰੀ ਹਿੰਮਤ ਵੀ ਨਹੀਂ ਪਈ ਵੀਡੀਓ ਬਣਾਉਣ ਦੀ, ਮੈਂ ਕਿਹਾ ਇੰਨੀ ਜਿੰਨਿਆਂ ਨੇ ਦਾਰੂ ਪੀਤੀ ਆ ਕੋਈ ਲੜ ਹੀ ਪਊਗਾ, ਡਿੱਗਦੇ ਫਿਰਦੇ ਆ ਪਤਾ ਨਹੀਂ ਕੀ ਕੁਛ ਨਸ਼ਾ ਕਰੀ ਫਿਰਦੇ ਆ। ਤੁਸੀਂ ਸੋਚ ਰਹੇ ਹੋਗੇ ਕਿ ਮੈਂ ਕਿੱਥੇ ਜਾ ਰਿਹਾ ਸਵੇਰੇ ਸਵੇਰੇ, ਆਪਾਂ ਸਵੇਰੇ ਸਵੇਰੇ ਜਾ ਰਹੇ ਹਾਂ ਬਈ ਸਵਿਟਜ਼ਰਲੈਂਡ ਦੀਆਂ ਸਭ ਤੋਂ ਸ਼ਾਨਦਾਰ ਜਿਹੜੀਆਂ ਥਾਵਾਂ ਨੇ ਜਿਹਨੂੰ ਘੁੰਮਣ ਲਈ ਲੋਕ ਮਤਲਬ ਉਤਾਵਲੇ ਹੁੰਦੇ ਨੇ ਕਿ ਹਾਂ ਬਈ ਆਪਾਂ ਇਸ ਜਗ੍ਹਾ 'ਤੇ ਜਾਣਾ ਹੈ ਅਤੇ ਇਹਨਾਂ ਜਗ੍ਹਾਵਾਂ ਨੂੰ ਘੁੰਮਣਾ, ਉਹਦੇ ਲਈ ਡ੍ਰੀਮ ਹੁੰਦਾ। ਅੱਜ ਕੱਲ੍ਹ ਉਹ ਪਿੰਡ ਨੇ ਇੱਕ ਦੋ ਜਿਹੜੇ ਫੇਮਸ ਬਣੇ ਹੋਏ ਨੇ, ਅਤੇ ਉਸ ਤੋਂ ਇਲਾਵਾ ਟ੍ਰੇਨ ਚੱਲਦੀ ਹੈ ਜਿਹੜੀ ਇੱਥੋਂ ਦੀ ਸਭ ਤੋਂ ਉੱਚੀ ਉੱਚੇ ਸਟੇਸ਼ਨ 'ਤੇ ਲੈ ਕੇ ਜਾਂਦੀ ਹੈ, ਔਰ ਬਹੁਤ ਸ਼ਾਨਦਾਰ ਹੈ, ਮੰਨਦੇ ਹਾਂ ਉਹਨੂੰ ਜ਼ੰਗਫਰਾਊ ਕਰਕੇ ਕੋਈ ਸਟੇਸ਼ਨ ਹੈ, ਉਹਦੀ ਹਾਈਟ ਹੈਗੀ 3600 ਮੀਟਰ, ਉੱਥੇ ਜਾ ਰਿਹਾ। ਉਹਦੇ ਲਈ ਮੈਂ ਇੱਕ ਟੂਰ ਪੈਕ ਬੁੱਕ ਕੀਤਾ ਹੈ ਸਾਰੇ ਲਈ, ਪੂਰਾ ਡੇ ਟੂਰ ਹੈ ਮੇਰਾ, ਜਿਹਦੇ ਲਈ ਕਿ ਮੈਂ ਪੇ ਕੀਤਾ 25,000 ਇੰਡੀਅਨ ਰੁਪੀਸ, $305 ਅਤੇ ਚੱਲਦੇ ਹਾਂ ਫਿਰ, ਚੱਲ ਕੇ ਉੱਥੇ ਫਿਰ ਆਪਾਂ ਜੁਆਇਨ ਕਰਦੇ ਹਾਂ। 5-7 ਮਿੰਟ ਰਹਿ ਗਏ ਉਹਨੂੰ ਸ਼ੁਰੂ ਤਾਂ ਖੈਰ 8 ਵਜੇ ਹੋਣਾ, ਪਰ ਉੱਦਾਂ 7:45 ਮੈਂ ਪਹੁੰਚਣਾ ਉੱਥੇ। ਮੈਂ ਇੱਕ ਬ੍ਰਿਜ ਆ ਜਿਹੜਾ ਪਾਰ ਕਰ ਰਿਹਾ, ਇਹਦੇ ਮੇਰੇ ਉੱਤੋਂ ਦੀ ਲੰਘ ਰਹੀ ਹੈ, ਟ੍ਰੇਨ ਆਵਾਜ਼ ਵੀ ਆ ਰਹੀ ਹੈ, ਇੱਥੇ ਕਿਤੇ ਜਾਣਾ ਮੈਂ ਕ੍ਰੋਸ ਕਰਕੇ, ਬਸ ਨੇੜੇ 500-400 ਮੀਟਰ ਹੋਰ ਰਹਿ ਗਿਆ ਹੋਊਗਾ। ਉਹ ਗਈ ਬਈ ਟ੍ਰੈਮ, ਇੱਥੇ ਨਾ ਚਾਹੇ ਤੁਸੀਂ ਪੈਦਲ ਤੁਰ ਕੇ ਆ ਜਾਓ ਅਤੇ ਚਾਹੇ ਤੁਸੀਂ ਲੈ ਲਓ ਟ੍ਰੈਮ ਜਾਂ ਬੱਸ, ਸੇਮ ਟਾਈਮ ਲੱਗਦਾ। ਮੇਰੇ ਹੋਸਟਲ ਤੋਂ 17 ਮਿੰਟ ਦਿਖਾ ਰਿਹਾ ਸੀਗਾ, 16 ਜਾਂ 15 ਮਿੰਟ ਹੀ ਦਿਖਾ ਰਿਹਾ ਸੀ ਬਾਏ ਬੱਸ, ਮੇਰੇ ਸਾਹਮਣੇ ਹੀ ਆ ਉਹ, ਨਿਕਲਦਾ ਬਾਹਰ ਹੀ ਬੱਸ ਆ, ਅਤੇ ਮੈਂ ਕਿਹਾ ਬੱਸ 1-2 ਮਿੰਟ ਲੇਟ ਹੋ ਸਕਦੀ ਹੈ ਤੁਰ ਕੇ, ਤਾਂ ਆਪਾਂ ਆਪਦਾ ਪੈਂਡਾ ਨੇੜੇ ਕਰੀਏ, ਅਤੇ ਟੈਕਸੀ 'ਤੇ ਦਿਖਾ ਰਿਹਾ ਸੀ ਕੁਛ 10 ਮਿੰਟ, ਮੈਂ ਕਿਹਾ ਚਲੋ ਇਸ ਤੋਂ ਚੰਗਾ ਫਿਰ ਆਪਾਂ ਤੁਰ ਕੇ ਹੀ ਚੱਲਦੇ ਹਾਂ, ਕਿਉਂਕਿ ਮੈਂ ਸੁੰਨਾ ਪਿਆ ਸਵੇਰੇ, ਹਾਲੇ ਤਾਂ ਵੈਸੇ ਸਵੇਰ ਦਾ ਟਾਈਮ ਵੀ ਕੁਛ ਨਹੀਂ ਹੋਇਆ, 8 ਵੀ ਨਹੀਂ ਵਜੇ, ਪਰ ਕਹਿੰਦੇ ਆ ਵੀ ਸੰਡੇ ਨੂੰ ਸਾਰਾ ਜਿਹੜਾ ਨਾ ਜ਼ੂਰੀਕਾ ਵੈਸੇ ਵੀ ਬੰਦ ਰਹਿੰਦਾ, ਕੁਛ ਰੈਸਟੋਰੈਂਟ ਤੱਕ ਵੀ ਬੰਦ ਹੁੰਦੇ ਆ, ਅਤੇ ਜਿਹੜੀ ਕੱਲ੍ਹ ਸੁਪਰ ਮਾਰਕੀਟ ਸੀ ਇੰਡੀਅਨ, ਮੈਂ ਉਹਨਾਂ ਨੂੰ ਪੁੱਛਿਆ ਸੀਗਾ, ਉਹ ਕਹਿੰਦੇ ਵੀ ਸੰਡੇ ਨੂੰ ਅਸੀਂ ਵੀ ਬੰਦ ਰਵਾਂਗੇ। ਵੈਸੇ ਤਾਂ ਮੈਂ ਬਹੁਤ ਮਹਿੰਗੇ ਮਹਿੰਗੇ ਟੂਰ ਕੀਤੇ ਆ, ਹੁਣ ਆਉਣ ਵਾਲਾ ਇੱਕ ਟੂਰ ਅੰਟਾਰਟਿਕਾ ਦਾ, ਉਹ ਵੀ ਬਹੁਤ ਮਹਿੰਗਾ ਹੋਣ ਵਾਲਾ, ਅਤੇ ਇਸ ਤੋਂ ਇਲਾਵਾ ਮੈਂ ਬੜੇ ਬੜੇ ਇੱਦਾਂ ਦੇ ਟੂਰ ਕੀਤੇ ਆ ਮਹਿੰਗੇ ਮਹਿੰਗੇ, ਜਿਹਦੇ ਵਿੱਚ ਹਾਈਐਸਟ ਨਾ 250 ਯੂਰੋ ਪਰ ਡੇ ਤੱਕ ਦਾ ਟੂਰ ਮੇਰਾ ਗਿਆ, ਕੋਸਟ ਗਈ ਹੈ, ਮਤਲਬ ਜੇ ਮੈਂ ਕਿਸੇ ਟੂਰ ਲਈ ਪੇ ਕੀਤੇ ਆ ਮੰਨ ਲਓ 1500 ਯੂਰੋ, ਤਾਂ ਉਹਦੇ 'ਚ ਮੈਂ 6 ਦਿਨ ਮਤਲਬ ਉਹ ਟੂਰ ਸੀਗਾ। ਇਹ ਟੂਰ ਹੁਣ ਤੱਕ ਦਾ ਸਭ ਤੋਂ ਮਹਿੰਗਾ ਟੂਰ ਹੈ ਕਿ 1 ਦਿਨ ਲਈ ਪੇ ਕੀਤੇ ਆ more than 300 ਯੂਰੋ, 300 ਜਾਂ ਇੰਨੇ ਲਾ ਲਓ, €300 ਲਾ ਲਓ ਜਾਂ $305 ਹੈ, 25,000 ਇੰਡੀਅਨ ਰੁਪੀਸ ਅਤੇ ਹੁਣ ਤੱਕ ਦਾ ਮੇਰਾ ਸਭ ਤੋਂ ਮਹਿੰਗਾ ਟੂਰ ਹੈ, ਹੋਣਾ ਵੀ ਸੀਗਾ ਖੈਰ, ਕਿਉਂਕਿ ਆਪਾਂ ਘੁੰਮੀ ਦੁਨੀਆ ਦੀ ਸਭ ਤੋਂ ਮਹਿੰਗੀ ਕੰਟਰੀ ਦੇ ਵਿੱਚ ਰਹੇ ਹਾਂ। ਇੱਥੇ ਨਾ ਥਾਈਲੈਂਡ ਦੇ, ਵੀਅਤਨਾਮ ਦੇ,
ਤੇ ਹੋਰ ਜਿਹੜੇ ਆਪਣੇ ਰੈਸਟੋਰੈਂਟਸ ਆ ਉਹਨਾਂ ਦਾ ਬਹੁਤ ਟ੍ਰੈਂਡ ਆ ਦੇਖੋ ਆ ਵੀ ਇੱਕ ਥਾਈਲੈਂਡ ਦਾ ਰੈਸਟੋਰੈਂਟ ਆ ਸ਼ਿਆਂਗ ਮਾਈ ਲਿਖਿਆ ਹੋਇਆ ਇਹ ਸ਼ਾਇਦ ਸੁਪਰ ਮਾਰਕੀਟ ਵੀ ਹੋਊਗੀ ਹਾਂ ਟੇਕ ਅਵੇ ਹੈਗਾ ਰੈਸਟੋਰੈਂਟ ਵਗੈਰਾ ਮੈਂ ਬਹੁਤ ਦੇਖੇ ਆ ਬਹੁਤ ਬਹੁਤ ਜ਼ਿਆਦਾ ਨੇ ਇੱਥੇ ਜ਼ੂਰਿਕ ਦੇ ਵਿੱਚ ਬਹੁਤ ਜ਼ਿਆਦਾ ਦੇਖ ਰਹੇ ਨੇ ਉਹ ਚੱਲੀ ਫਲਿਕਸ ਬੱਸ ਇੱਕ ਦੇਖੋ ਇਹ ਪੂਰੇ ਯੂਰਪ ਦੇ ਵਿੱਚ ਚੱਲਦੀ ਹੈ ਜੇ ਤੁਹਾਨੂੰ ਫਲਾਈਟਾਂ ਮਹਿੰਗੀਆਂ ਮਿਲ ਰਹੀਆਂ ਹੋਣ ਤਾਂ ਤੁਸੀਂ ਇਹਦਾ ਯੂਜ਼ ਕਰ ਸਕਦੇ ਹੋ ਪਰ ਜ਼ਿਆਦਾਤਰ ਟਾਈਮ ਇਹ ਫਲਾਈਟ ਤੋਂ ਮਹਿੰਗੀ ਹੁੰਦੀ ਆ ਫਲਾਈਟਾਂ ਬਹੁਤ ਸਸਤੀਆਂ ਯੂਰਪ ਦੇ ਵਿੱਚ ਲੋਕੇਸ਼ਨ ਤਾਂ ਮੈਨੂੰ ਲੱਗਦਾ ਇੱਥੇ ਮੁੱਕ ਗਈ ਆ ਕੇ ਪਰ ਇੱਥੇ ਤਾਂ ਮੈਨੂੰ ਕੋਈ ਦੇਖ ਨਹੀਂ ਰਿਹਾ ਤੁਸੀਂ ਕਹਿੰਦੇ ਸੀ ਟੂਰ ਸਟਾਰਟ ਹੋਣ ਆਹ ਤਾਂ ਟ੍ਰੈਮ ਜਾ ਰਹੀ ਹੈ ਇਸ ਲੋਕੇਸ਼ਨ 'ਤੇ ਤਾਂ ਬਈ ਆਹ ਸਭ ਕੁਛ ਚੱਲ ਰਿਹਾ ਯਾਰ ਪਤਾ ਨਹੀਂ ਹੋ ਰਿਹਾ ਸਾਹਮਣੇ ਸ਼ਾਇਦ ਬੱਸ ਸਟੇਸ਼ਨ ਆ ਉੱਥੋਂ ਪਤਾ ਕਰਨਾ ਪੈਣਾ ਇੱਥੇ ਤਾਂ ਕੁਛ ਹੈ ਹੀ ਨਹੀਂ ਗਾ ਮੈਂ ਉੱਥੇ ਚੱਲ ਕੇ ਦੇਖਦਾ ਬਈ ਕੀ ਪਤਾ ਉੱਥੇ ਹੋਵੇ ਕੁਛ ਇੱਥੇ ਫਲਿਕਸ ਬਕਸ ਦਾ ਸਟੇਸ਼ਨ ਸੀਗਾ ਇੱਥੇ ਆ ਕੇ ਮੈਨੂੰ ਲੱਭੀ ਆ ਲੋਕੇਸ਼ਨ ਆਹ ਇਹਨਾਂ ਨੇ ਕੁਛ ਸਟਿੱਕਰ ਜਿਹਾ ਦਿੱਤਾ ਆਹ ਮੇਰੀ ਬੱਸ ਆ ਜਿਹੜੀ ਕਹਿੰਦੇ ਜਾਊਗੀ ਅਤੇ ਆਹ ਇੱਥੇ ਬਣਿਆ ਹੋਇਆ ਇਹਨਾਂ ਦਾ ਕਾਊਂਟਰ ਚਲੋ ਚੱਲਦੇ ਹਾਂ ਆ ਗਿਆ ਮੈਂ ਬੱਸ 'ਚ ਅਤੇ 8 ਤਾਂ ਵੱਜ ਗਏ ਹਾਲੇ ਤੱਕ ਚੱਲੇ ਨਹੀਂ ਪਰ ਜੇ ਮੈਂ ਲੇਟ ਹੋ ਜਾਂਦਾ ਫਿਰ ਪੰਗਾ ਹੋ ਜਾਣਾ ਸੀਗਾ ਲੋਕੇਸ਼ਨ ਥੋੜ੍ਹੀ ਜਿਹੀ ਇੱਧਰ ਉੱਧਰ ਸੀ ਔਖੀ ਲੱਭੀ ਪਰ ਲੱਭ ਗਈ ਆਹ ਵੀ ਉਸ ਸਟੇਸ਼ਨ ਦਾ ਨਾਂ ਸ਼ਾਇਦ ਜ਼ੰਗ ਫਰਾਊ ਜੋਚ ਜੋ ਵੀ ਕਹਿੰਦੇ ਟੌਪ ਆਫ ਦਾ ਯੂਰਪ ਆਹ ਸ਼ਾਇਦ ਉਹ ਸਟੇਸ਼ਨ ਹੋਊਗਾ ਇਹ ਤੁਹਾਨੂੰ ਜਾ ਕੇ ਪਤਾ ਲੱਗੂਗਾ 2 ਮਿੰਟ ਲੇਟ ਬਈ ਬੱਸ ਇੱਥੋਂ ਤੁਰਨ ਲੱਗੀ ਹੈ ਅਤੇ ਪਰ ਉੱਦਾਂ ਮੈਂ ਸੁਣਿਆ ਕਿ ਯੂਰਪ ਦੇ ਵਿੱਚ ਇੱਦਾਂ ਹੁੰਦਾ ਜੇ ਤੁਸੀਂ 1 ਜਾਂ 2 ਮਿੰਟ ਲੇਟ ਹੋ ਜਾਓ ਨਾ ਅਤੇ ਫਿਰ ਤੁਹਾਡੇ ਲਈ ਰੁਕਦੇ ਵੀ ਨਹੀਂ ਆ ਬਈ ਚਾਹੇ ਤੁਹਾਡੇ ਜਿੰਨੇ ਮਰਜ਼ੀ ਪੈਸੇ ਵੇਸਟ ਹੋ ਜਾਣ ਵੀ ਹੁਣ ਆਪਾਂ ਇੱਥੇ ਪਹੁੰਚੇ ਹਾਂ ਇੰਟਰਲੇਕਨ ਪਿੰਡ ਆ ਇੱਕ ਬੱਸ ਨੇ ਇੱਥੇ ਲਾਤਾ ਵੀ ਸਾਰੇ ਉੱਤਰ ਗਏ ਆ ਅਤੇ ਇਹ ਕਹਿੰਦੇ ਵੀ 1 ਘੰਟੇ ਦਾ ਇੱਥੇ ਸਟੋਪ ਆ 1.25 ਘੰਟੇ ਦਾ ਹੀ ਮੰਨ ਕੇ ਚੱਲੋ ਅਤੇ ਆਪਾਂ ਚੱਲਦੇ ਹਾਂ ਹੁਣ ਘੁੰਮਦੇ ਹਾਂ ਥੋੜ੍ਹਾ ਬਹੁਤ ਇੰਟਰਲੇਕਨ ਅਤੇ ਦੱਸਦਾ ਮੈਂ ਤੁਹਾਨੂੰ ਇੰਟਰਲੇਕਨ ਬਾਰੇ ਵੀ ਆਪਾਂ ਬਿਲਕੁਲ ਇਹਦੇ ਵਿਚਾਲੇ ਆ ਗਏ ਇੱਥੇ ਦੇਖੋ ਇੱਥੇ ਬਹੁਤ ਸਾਰੀਆਂ ਬਾਲੀਵੁੱਡ ਦੀਆਂ ਫਿਲਮਾਂ ਸ਼ੂਟ ਹੋਈਆਂ ਮੈਂ ਕਿਹੜੀਆਂ ਕਿਹੜੀਆਂ ਸ਼ੂਟ ਹੋਈਆਂ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਮੇਨਲੀ ਦਿਲਵਾਲੇ ਦੁਲਹਨੀਆ ਲੈ ਜਾਏਂਗੇ ਹੋਰ ਵੀ ਕਈ ਸਾਰੀਆਂ ਹੋਈਆਂ ਹੋਣਗੀਆਂ ਇੱਥੇ ਅਤੇ ਉਹਦੇ ਕਰਕੇ ਫੇਮਸ ਹੈ ਬਈ ਇੰਟਰਲਾਕਨ ਹੈ ਤਾਂ ਇੱਕ ਤਰ੍ਹਾਂ ਦਾ ਪਿੰਡ ਆ ਪਰ ਹੁਣ ਇੰਨੀ ਕੁ ਜ਼ਿਆਦਾ ਟੂਰਿਸਟ ਅਟਰੈਕਸ਼ਨ ਬਣ ਚੁੱਕਿਆ ਇੱਥੇ ਇੰਡੀਅਨ ਚਾਈਨੀਜ਼ ਅਤੇ ਹੋਰ ਦੁਨੀਆ ਤੋਂ ਅਰਬ ਵਰਲਡ ਤੋਂ ਬਹੁਤ ਸਾਰੇ ਟੂਰਿਸਟ ਜਿਹੜੇ ਇੱਥੇ ਆਉਂਦੇ ਆ ਬਈ ਅਤੇ ਆਹ ਇਹਦਾ ਇਹਨਾਂ ਨੇ ਕੂਪਨ ਦਿੱਤਾ ਕਿ ਇੱਥੋਂ ਕੁਛ ਵੀ ਖਰੀਦੋ 8% ਔਫ ਹੈ ਵੈਸੇ ਵੀ ਮੈਂ ਇੱਥੋਂ ਕੁਛ ਨਹੀਂ ਖਰੀਦ ਰਿਹਾ ਕੋਈ ਵੀ ਨਹੀਂ ਖਰੀਦ ਰਿਹਾ ਖੈਰ 8% ਮਤਲਬ 5-7 ਲੱਖ ਦਾ ਕੁਛ ਖਰੀਦ ਲਓ ਅਤੇ ਉੱਥੇ 8% ਔਫ ਲੈ ਲਓ ਪਹਿਲਾਂ ਤਾਂ ਸੁਸਤੀ ਇੰਨੀ ਜ਼ਿਆਦਾ ਪਈ ਹੋਈ ਹੈ ਇੱਥੇ ਕਈ ਸਾਰੇ ਇੰਡੀਅਨ ਰੈਸਟੋਰੈਂਟ ਹੈ ਕਿਉਂਕਿ ਵੀ ਬਹੁਤ ਸਾਰੇ ਇੰਡੀਅਨਸ ਇੱਥੇ ਆਉਂਦੇ ਨੇ ਅਤੇ ਉਹਦੇ ਕਰਕੇ ਅਤੇ ਪਰ ਸਾਰੇ ਕੋਈ 11 ਵਜੇ ਖੁੱਲੂਗਾ ਕੋਈ 12 ਵਜੇ ਕੋਈ 2 ਵਜੇ ਖੁੱਲੂਗਾ ਪਰ ਇੱਥੇ ਬਈ ਯਸ਼ ਚੋਪੜਾ ਜਿਹੜਾ ਔਰ ਯਸ਼ ਚੋਪੜਾ ਦਾ ਸਟੈਚੂ ਵੀ ਇੱਥੇ ਬਣਿਆ ਹੋਇਆ ਉਹ ਰਿਹਾ ਸਾਹਮਣੇ ਪਹਿਲਾਂ ਆਪਾਂ ਉਹ ਵੀ ਤੁਹਾਨੂੰ ਦਿਖਾ ਦਈਏ ਉਹਦਾ ਰੀਜ਼ਨ ਇਹ ਸੀਗਾ ਬਈ ਕਿਉਂਕਿ ਉਹਨਾਂ ਨੇ ਇੰਨੀਆਂ ਸਾਰੀਆਂ ਇੱਥੇ ਫਿਲਮਾਂ ਸ਼ੂਟ ਕੀਤੀਆਂ ਅਤੇ ਉਹਦੇ ਕਰਕੇ ਬਹੁਤ ਜ਼ਿਆਦਾ ਇਹ ਫੇਮਸ ਹੋ ਗਿਆ ਇਹ ਜਗ੍ਹਾ 'ਤੇ ਬਹੁਤ ਸਾਰੇ ਇੰਡੀਅਨਸ ਇੱਥੇ ਆਉਣ ਲੱਗੇ ਇਹਨਾਂ ਨੇ ਪੈਸਾ ਕਮਾਇਆ ਤਾਂ ਕਰਕੇ ਉਹਦਾ ਥੈਂਕ ਯੂ ਕਰਨ ਲਈ ਇਹਨਾਂ ਨੇ ਜਿਹੜਾ ਯਸ਼ ਚੋਪੜਾ ਦਾ ਜਿਹੜਾ ਸਟੈਚੂ ਹੈ ਇੱਥੇ ਬਣਾ ਦਿੱਤਾ ਉਹ ਦੇਖੋ ਮੈਨੂੰ ਲੱਗਦਾ ਲੋਕ ਉਹਦੇ ਨਾਲ ਜਿਹੜੀਆਂ ਉਹ ਖਿੱਚ ਵੀ ਰਹੇ ਆ ਫੋਟੋਆਂ ਅਤੇ ਇਸ ਜਗ੍ਹਾ ਦੇ ਉੱਤੇ ਵੀ ਫਿਲਮਾਂ ਸ਼ੂਟ ਹੋਈਆਂ ਕਈ ਫਿਲਮਾਂ ਦੇ ਵਿੱਚ ਆ ਸੀਨ ਦੇਖਿਆ ਪੁਰਾਣੀਆਂ ਫਿਲਮਾਂ 'ਚ ਤੁਹਾਨੂੰ ਆਮ ਹੀ ਦੇਖਣ ਨੂੰ ਇਹ ਮਿਲ ਜੂਗਾ ਆ ਕਸੀਨੋ ਵਾਲਾ ਸੀਨ ਸੋਹਣਾ ਯਾਰ ਬਹੁਤ ਸੋਹਣਾ ਬਈ ਉਹਦੀ ਉਹੀ ਇੱਕ ਰੀਜ਼ਨ ਬਣਦਾ ਆਪਣੇ ਲੋਕ ਕਹਿ ਦਿੰਦੇ ਆ ਵੀ ਨਹੀਂ ਯਾਰ ਕਸ਼ਮੀਰ ਆ ਜਿਹੜਾ ਉਹ ਇਹਦੇ ਵਰਗਾ ਪਰ ਨਹੀਂ ਯਾਰ ਕਸ਼ਮੀਰ ਕਸ਼ਮੀਰ ਉਹ ਆਪਦੀ ਥਾਂ ਸੋਹਣਾ ਪਰ ਬਈ ਸਵਿਜ਼ਰਲੈਂਡ ਸਵਿਜ਼ਰਲੈਂਡ ਹੀ ਆ ਬਈ ਨਹੀਂ ਰੀਸਾਂ ਇਹਦੀਆਂ ਬੜਾ ਇੱਕ ਅਲੱਗ ਹੀ ਲੱਗਦਾ ਵੀ ਹਾਂ ਯਾਰ ਇਹ ਜਗ੍ਹਾ ਇੱਥੇ ਹੀ ਦੇਖਣ ਨੂੰ ਮਿਲ ਸਕਦੀ ਆ ਹੋਰ ਕਿਤੇ ਨਹੀਂ ਇੱਦਾਂ ਲੱਗਦਾ ਇਹ ਸਟੈਚੂ ਆ ਬਈ ਯਸ਼ ਚੋਪੜੇ ਦਾ ਦੇਖ ਸਕਦੇ ਹੋ ਤੁਸੀਂ
ਅੰਬੈਸਡਰ ਆਫ ਇੰਟਰਲੇਕਨ। ਜਗ੍ਹਾ ਨੂੰ ਨਹੀਂ, ਖੈਰ ਇਸ ਪੂਰੇ ਰੀਜ਼ਨ 'ਚ ਬਹੁਤ ਸਾਰੀਆਂ ਫਿਲਮਾਂ ਅਤੇ ਬਹੁਤ ਜ਼ਿਆਦਾ ਜਿਹੜੇ ਸ਼ੂਟ ਹੋਏ ਸੀ ਉਹਦੇ ਕਰਕੇ ਉਹਨਾਂ ਨੇ ਯਸ਼ ਚੋਪੜਾ ਦਾ ਥੈਂਕ ਯੂ ਕਰਨ ਲਈ ਕਿ ਬਹੁਤ ਸਾਰੇ ਗੈਸਟ ਜਿਹੜੇ ਟੂਰਿਸਟ ਨੇ ਯਸ਼ ਚੋਪੜਾ ਕਰਕੇ ਇਹਨਾਂ ਦਾ ਮੰਨਣਾ ਹੈ ਵੀ ਉਹ ਇੰਡੀਆ ਤੋਂ ਇੱਥੇ ਆਏ ਨੇ ਅਤੇ ਉਹਦਾ ਥੈਂਕ ਯੂ ਕਰਨ ਲਈ ਇਹਨਾਂ ਨੇ ਜਿਹੜਾ ਯਸ਼ ਚੋਪੜਾ ਦਾ ਇੱਥੇ ਜਿਹੜਾ ਸਟੈਚੂ ਲਾਇਆ ਹੋਇਆ। ਉਹ ਫਿਲਮਾਂ ਦਾ ਕਿੰਨਾ ਜ਼ਿਆਦਾ ਪ੍ਰਭਾਵ ਪੈਂਦਾ ਕਿਸੇ ਵੀ ਚੀਜ਼ 'ਤੇ, ਜਿਵੇਂ ਕਿ ਦੇਖੋ ਮੈਨੂੰ ਵੀ ਬਹੁਤ ਸਾਰੇ ਲੋਕ ਐਜ਼ ਏ ਸਿੱਖ ਜਾਂ ਪੰਜਾਬੀ ਬਹੁਤ ਸਾਰੇ ਲੋਕ ਇਸ ਕਰਕੇ ਜਾਣਦੇ ਆ ਕਿਉਂਕਿ ਉਹ ਕਹਿੰਦੇ ਵੀ ਅਸੀਂ ਫਿਲਮਾਂ 'ਚ ਤੁਹਾਨੂੰ ਦੇਖਿਆ ਅਤੇ ਜਦੋਂ ਬੰਦਾ ਕੋਈ ਫਿਲਮ 'ਚ ਦੇਖਦਾ ਫਿਰ ਉਹਦੇ ਬਾਰੇ ਸਰਚ ਕਰਦਾ ਵੀ ਹਾਂ ਯਾਰ ਇਹ ਕੌਣ ਆ ਬੰਦੇ, ਹੈ ਨਾ, ਫਿਰ ਉਹਨਾਂ ਨੂੰ ਪਤਾ ਲੱਗਦਾ। ਬਹੁਤ ਸਾਰੇ ਲੋਕ ਕਹਿੰਦੇ ਵੀ ਅਸੀਂ ਪਹਿਲਾਂ ਫਿਲਮਾਂ 'ਚ ਦੇਖਿਆ ਫਿਰ ਤੁਹਾਡੇ ਬਾਰੇ ਸਰਚ ਕੀਤਾ, ਅੱਧੇ ਸਰਚ ਨਹੀਂ ਕਰਦੇ, ਬਸ ਉਹਨਾਂ ਨੂੰ ਵੈਸੇ ਹੀ ਪਤਾ ਹੁੰਦਾ ਵੀ ਇਹ ਬੰਦੇ ਇੰਡੀਆ ਹੁੰਦੇ ਆ ਜਾਂ ਇੱਦਾਂ ਦੇ ਹੁੰਦੇ ਆ। ਸੋ ਕਈ ਬੰਦੇ ਸਰਚ ਕਰ ਲੈਂਦੇ ਵੀ ਕੌਣ ਹੁੰਦੇ ਆ, ਫਿਰ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਸਿੱਖ ਹੁੰਦੇ ਆ, ਫਿਰ ਕਈ ਹੋਰ ਜ਼ਿਆਦਾ ਸਰਚ ਕਰ ਲੈਂਦੇ ਆ ਵੀ ਸਿੱਖ ਕੌਣ ਹੁੰਦੇ ਆ। ਸੋ ਇਸ ਚੀਜ਼ ਦਾ ਵੀ ਫਿਲਮਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਪੈਂਦਾ ਹੈ। ਟੀਮ ਦੇਖ ਲਓ ਇਸ ਦੇਸ਼ ਦੇ ਉੱਤੇ ਕਿੰਨਾ ਪ੍ਰਭਾਵ ਪਿਆ। ਹੁਣ ਆਪਾਂ ਇਹਨੂੰ ਬਾਏ ਬਾਏ ਕਹਿੰਦੇ ਹਾਂ, ਉੱਧਰ ਸਾਹਮਣੇ ਥੋੜ੍ਹਾ ਮੈਂ ਤੁਹਾਨੂੰ ਦਿਖਾਉਣਾ ਅਤੇ ਉੱਧਰ ਇੱਕ ਇੰਡੀਅਨ ਰੈਸਟੋਰੈਂਟ ਹੈਗਾ, ਉੱਥੇ ਜੇ ਖੁੱਲ੍ਹਾ ਹੋਇਆ ਤਾਂ ਉੱਥੇ ਚਾਹ ਵਗੈਰਾ ਪੀਂਦੇ ਹਾਂ। ਇਸ ਤੋਂ ਪਹਿਲਾਂ ਕਾਫੀ ਸੋਹਣੀਆਂ ਸੋਹਣੀਆਂ ਥਾਵਾਂ ਵਿਜ਼ਿਟ ਕੀਤੀਆਂ ਪੂਰੀ ਦੁਨੀਆ ਦੇ ਵਿੱਚ, ਬਹੁਤ ਸੋਹਣੀਆਂ ਆਪਣੇ ਇੰਡੀਆ ਦੇ ਵਿੱਚ ਵੀ, ਖੈਰ ਬਹੁਤ ਸਾਰੀਆਂ ਚੀਜ਼ਾਂ ਬਹੁਤ ਸੋਹਣੀਆਂ ਨੇ, ਪਰ ਬਈ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਸ ਤੋਂ ਸੋਹਣਾ ਕੁਛ ਨਹੀਂ ਹੋ ਸਕਦਾ। ਇਹੀ ਇੱਕ ਸ਼ਾਇਦ ਰੀਜ਼ਨ ਹੋਣਾ ਕਿ ਉਸ ਟਾਈਮ ਇੱਥੇ ਇੰਨੀਆਂ ਸਾਰੀਆਂ ਫਿਲਮਾਂ ਸ਼ੂਟ ਹੋਈਆਂ, ਅੱਜ ਵੀ ਹੁੰਦੀਆਂ ਬਹੁਤ ਸਾਰੀਆਂ, ਸ਼ਾਇਦ ਇਹੀ ਇੱਕ ਕਾਰਨ ਹੈ ਕਿ ਇੰਨੇ ਸਾਰੇ ਦੁਨੀਆ ਭਰ ਦੇ ਟੂਰਿਸਟ ਨੂੰ ਇਹ ਜਗ੍ਹਾ ਆਪਦੇ ਵੱਲ ਖਿੱਚਦੀ ਹੈ। ਹਾਲਾਂਕਿ ਇਹ ਮੇਰਾ 45ਵਾਂ ਦੇਸ਼ ਆ, ਹਾਲੇ ਤੱਕ ਮੈਂ 45 ਦੇਸ਼ ਘੁੰਮਿਆ, ਔਰ 45 ਦੇਸ਼ ਘੁੰਮਣ ਤੋਂ ਬਾਅਦ ਮੈਂ ਇਹ ਚੀਜ਼ ਕਹਿ ਸਕਦਾ ਵੀ ਉਹਨਾਂ 45 ਦੇਸ਼ਾਂ ਦੇ ਵਿੱਚ ਇੰਨੀ ਸੋਹਣੀ ਜਗ੍ਹਾ ਮੈਂ ਹੋਰ ਕਿਤੇ ਨਹੀਂ ਦੇਖੀ। ਇਸ ਤੋਂ ਅੱਗੇ ਜਦੋਂ ਆਪਾਂ ਹੋਰ ਦੇਸ਼ ਘੁੰਮਾਂਗੇ, ਜੇ ਕਿਤੇ ਦੇਖੂੰਗਾ ਤਾਂ ਤੁਹਾਨੂੰ ਮੈਂ ਜ਼ਰੂਰ ਦੱਸੂੰਗਾ। ਔਰ ਇਹੀ ਨਹੀਂ ਹੈ ਕਿ ਸਵਿਟਜ਼ਰਲੈਂਡ ਦੇ ਵਿੱਚ ਇਹ ਇਕਲੌਤਾ ਪਿੰਡ ਹੈ, ਹੋਰ ਵੀ ਪਿੰਡ ਹੈ ਜਿਵੇਂ ਗ੍ਰਿੰਡਲਵਾਲਡ ਹੋ ਗਿਆ, ਇੱਕ ਜ਼ੈਰਮਿਥ ਪਿੰਡ ਆ, ਉਹ ਥੋੜ੍ਹੇ ਦੂਰ ਨੇ, ਉਹ ਵੀ ਕਾਫੀ ਸੋਹਣੇ ਮੰਨੇ ਜਾਂਦੇ ਨੇ, ਪਰ ਉੱਥੇ ਥੋੜ੍ਹੇ ਜਿਹੇ ਘੱਟ ਟੂਰਿਸਟ ਜਾਂਦੇ ਨੇ। ਇਹ ਇੰਟਰਲਾਕਨ ਜਿਹੜਾ ਇਹ ਥੋੜ੍ਹਾ ਜ਼ਿਆਦਾ ਟੂਰਿਸਟਿਕ ਹੈ, ਜ਼ਿਆਦਾ ਫੇਮਸ ਹੈ। ਬਈ ਜਿੰਨੇ ਵੀ ਘੜੀਆਂ ਦੇ ਬ੍ਰਾਂਡ ਵਗੈਰਾ ਨੇ ਲਗਭਗ, ਆਹ ਦੇਖੋ ਰੋਲੈਕਸ, ਇਹ ਸਾਰੇ ਜਿਵੇਂ ਸਵਿਟਜ਼ਰਲੈਂਡ ਦੇ ਹੀ ਬ੍ਰਾਂਡ ਨੇ, ਤੁਹਾਨੂੰ ਪਤਾ ਹੀ ਹੋਣਾ ਜਿੰਨੇ ਵੀ ਨੇ, ਔਰ ਉਹ ਸਾਰੇ ਦੇ ਸਾਰੇ ਬ੍ਰਾਂਡਾਂ ਦੇ, ਬਈ ਰਾਡੋ ਆ ਗਿਆ ਅੱਗੇ, ਹੋਰ ਵੀ ਬਹੁਤ ਜਿੰਨੇ ਵੀ ਬ੍ਰਾਂਡ ਨੇ ਮਹਿੰਗੇ ਮਹਿੰਗੇ ਘੜੀਆਂ ਦੇ, ਬਹੁਤ ਸਾਰੇ ਬ੍ਰਾਂਡ ਨੇ ਜਿਹੜੇ ਸਵਿਟਜ਼ਰਲੈਂਡ ਦੇ ਨੇ, ਉਹ ਸਾਰਿਆਂ ਦੇ ਸ਼ੋਰੂਮ ਇਸ ਪਿੰਡ ਦੇ ਵਿੱਚ ਨੇ ਬਈ। ਸੋਚ ਸਕਦੇ ਇੱਕ ਪਿੰਡ ਦੇ ਵਿੱਚ ਅਰਬਾਂ ਖਰਬਾਂ ਦੀ ਇਨਵੈਸਟਮੈਂਟ ਹੈ ਬਈ। ਉਹਦਾ ਰੀਜ਼ਨ ਬਈ ਇੱਕੋ ਹੀ ਹੈ, ਕਿਉਂਕਿ ਪੂਰੀ ਦੁਨੀਆ ਭਰ ਤੋਂ ਜਿੰਨੇ ਵੀ ਅਮੀਰ ਟੂਰਿਸਟ ਨੇ ਇਸ ਜਗ੍ਹਾ ਨੂੰ ਵਿਜ਼ਿਟ ਕਰਦੇ ਨੇ, ਤਾਂ ਕਰਕੇ ਵੀ ਇੱਥੇ ਇਹ ਸਾਰਾ ਕੁਛ ਹੈਗਾ। ਸਵੇਰੇ ਲੈ ਕੇ ਆ ਗਏ ਸਾਨੂੰ, ਇੱਥੇ ਤਾਂ ਸਾਰਾ ਕੁਛ ਹੀ ਬੰਦ ਪਿਆ, ਸ਼ਾਇਦ ਇਹ ਸਾਨੂੰ ਤਾਂ ਲੈ ਕੇ ਆਇਆ ਕਿਉਂਕਿ ਵੀ ਅਸੀਂ ਉਹ ਟ੍ਰੇਨ ਫੜਨੀ ਹੈ ਜਿਹੜੀ ਕਿ ਹੈ ਦੁਨੀਆ ਦਾ ਸਭ ਤੋਂ ਉੱਚਾ, ਨਹੀਂ ਸੋਰੀ, ਯੂਰਪ ਦਾ ਸਭ ਤੋਂ ਉੱਚਾ, ਦੁਨੀਆ ਦਾ ਸਭ ਤੋਂ ਉੱਚਾ ਵੀ ਮੈਂ ਵਿਜ਼ਿਟ ਕੀਤਾ ਹੋਇਆ, ਜਿਹੜਾ ਕਿ ਤਿੱਬਤ ਦੇ ਵਿੱਚ ਹੈ, ਚਾਈਨਾ ਵਾਲੀ ਟ੍ਰੇਨ ਦੇ ਜਦੋਂ ਆਪਾਂ ਤਿੱਬਤ ਵਿਜ਼ਿਟ ਕੀਤਾ ਸੀ ਉਦੋਂ ਕੀਤਾ ਸੀਗਾ। ਸੋ ਅੱਜ ਆਪਾਂ ਕਰਾਂਗੇ ਯੂਰਪ ਦਾ ਸਭ ਤੋਂ ਉੱਚਾ ਰੇਲਵੇ ਸਟੇਸ਼ਨ ਵਿਜ਼ਿਟ, ਤਾਂ ਕਰਕੇ ਛੇਤੀ ਲਿਆ ਹੈ ਸਵੇਰੇ, ਕਿਉਂਕਿ ਫਿਰ ਆਪਾਂ ਜਾਣਾ ਹੈ ਅਤੇ ਵਾਪਸ ਵੀ ਆਉਣਾ ਉਸੇ ਟ੍ਰੇਨ ਨਾਲ। ਸਵਿਟਜ਼ਰਲੈਂਡ ਬਈ ਆਪਦੀਆਂ ਘੜੀਆਂ ਦੇ ਬ੍ਰਾਂਡਸ ਲਈ ਅਤੇ ਚੋਕਲੇਟ ਦੇ ਬ੍ਰਾਂਡਸ ਲਈ ਬਹੁਤ ਜ਼ਿਆਦਾ ਮੰਨਿਆ ਗਿਆ, ਇੱਕ ਲਿੰਟ ਕਰਕੇ ਕੁਛ ਕੰਪਨੀ ਆ ਚੋਕਲੇਟ ਦੀ, ਉਹਦੀਆਂ ਵੀ ਹਰ ਜਗ੍ਹਾ ਤੁਹਾਨੂੰ ਇੱਥੇ ਚੋਕਲੇਟਸ ਮਿਲ ਜਾਣਗੀਆਂ। ਸੋ ਇਹਨਾਂ ਦੋ ਚੀਜ਼ਾਂ ਲਈ ਤਾਂ ਸਵਿਟਜ਼ਰਲੈਂਡ ਮੰਨਿਆ ਗਿਆ ਬਈ। ਇੱਥੇ ਸਰਚ ਕੀਤਾ ਨਾ, ਘੱਟੋ ਘੱਟ 8-10 ਇੰਡੀਅਨ ਰੈਸਟੋਰੈਂਟ ਆ ਗਏ ਇੱਥੇ, ਬਹੁਤ ਸਾਰੇ ਲੋਕ ਇੱਥੇ ਆ ਕੇ ਰੁਕਦੇ ਵੀ ਆ, ਤੁਸੀਂ ਚਾਹੋ ਤਾਂ 1-2 ਰਾਤਾਂ ਇਸ ਇੰਟਰਲਾਕਨ ਦੇ ਵਿੱਚ ਵੀ ਬਿਤਾ ਸਕਦੇ ਹੋ। ਹੋਟਲਸ ਵਗੈਰਾ ਠੀਕ ਹੀ ਆ, ਸੇਮ ਹੀ ਪ੍ਰਾਈਜ਼ ਆ, ਮੈਂ ਚੈੱਕ ਕੀਤੇ ਸੀ, ਕੋਈ 19-21 ਦਾ ਹੀ ਫਰਕ ਹੈ, ਚਾਹੇ ਤੁਸੀਂ ਜ਼ੂਰਿਕ ਰੁਕ ਲਓ, ਪਰ ਹਾਂ ਉੱਦਾਂ ਚਾਹੋ ਤਾਂ ਤੁਸੀਂ ਜ਼ੂਰਿਕ ਰੁਕ ਕੇ ਜ਼ੂਰਿਕ ਤੋਂ ਇੱਕ ਪੈਕ ਬੁੱਕ ਕਰਕੇ ਵੀ ਆ ਸਕਦੇ ਹੋ। ਗੱਲ ਉੱਥੇ ਹੀ ਹੈ ਕਿਉਂਕਿ ਜ਼ੂਰਿਕ ਤੋਂ ਤੁਹਾਨੂੰ ਆਉਣ ਲਈ ਮੈਂ ਜਿਵੇਂ ਕਿ 300 ਮੰਨ ਲਓ ਤੁਸੀਂ ਫਰੈਂਕ, 25,000 ਰੁਪਏ ਪੇ ਕੀਤੇ ਆ ਤੁਸੀਂ,
ਇੱਥੋਂ ਤੁਸੀਂ ਸਿਰਫ ਆਪਦੀ ਉਹ ਟ੍ਰੇਨ ਦੀ ਟਿਕਟ ਹੀ ਬੁੱਕ ਕਰਨੀ ਹੈ, ਜੋ ਉਸ ਪੈਕ ਲਈ ਵੀ ਜਾਣਾ ਤਾਂ ਤੁਹਾਡਾ 150-200 ਉਹ ਬਚ ਰਿਹਾ, ਉਹਨੇ ਤੁਹਾਡੇ ਇੱਥੇ ਹੋਟਲ 'ਤੇ ਲੱਗ ਸਕਦੇ ਆ। ਸੋ ਦੋਨੇ ਆਪਸ਼ਨਾਂ ਤੁਹਾਡੇ ਲਈ ਆ। ਇਹ ਬਈ ਇੱਥੇ ਇੱਕ ਰੈਸਟੋਰੈਂਟ ਸਵੇਰੇ ਖੁੱਲ੍ਹਾ ਸੀ, ਉੱਥੋਂ ਫਲਾਫਲ ਮਿਲ ਗਿਆ, ਪਰ ਇਹ ਥੋੜ੍ਹਾ ਡਿਫਰੈਂਟ ਟਾਈਪ ਦਾ ਫਲਾਫਲ ਹੈ, ਅਰਬ ਵਰਗਾ ਨਹੀਂ। ਸੋਚਿਆ ਨਹੀਂ ਸੀ ਕਿ ਸਵਿਜ਼ਰਲੈਂਡ 'ਚ ਆ ਕੇ ਮੈਨੂੰ ਫਲਾਫਲ ਮਿਲੂਗਾ। ਸੋ ਇਹ ਹੁੰਦਾ ਵੀ ਫਲਾਫਲ ਰੋਲ ਦੇ ਵਿੱਚ ਹੁੰਦਾ, ਇਹ ਸਬਜ਼ੀ ਦੀਆਂ ਟਿੱਕੀਆਂ ਹੁੰਦੀਆਂ, ਕੁਛ ਸਬਜ਼ੀਆਂ ਹੁੰਦੀਆਂ ਇਹਦੇ ਵਿੱਚ, ਆਹ ਕੁਛ ਯੋਗਰਟ ਹੋਊਗੀ ਸ਼ਾਇਦ, ਅਤੇ ਆਹ ਬ੍ਰੈਡ ਹੈ। ਹੁਣ ਚੱਲਦੇ ਹਾਂ ਵੀ ਵਾਪਸ ਬੱਸ ਵਾਲੇ ਪਾਸੇ, ਅਤੇ ਉੱਥੋਂ ਚੱਲ ਕੇ ਬੱਸ ਬੋਰਡ ਕਰਦੇ ਹਾਂ, ਫਿਰ ਕਿਤੇ ਹੋਰ ਲੈ ਕੇ ਜਾਣਗੇ, ਹੋਰ ਮਤਲਬ ਨੈਕਸਟ ਪਿੰਡ ਆਪਾਂ ਜਾਵਾਂਗੇ, ਫਿਰ ਉੱਥੋਂ ਅੱਗੋਂ ਇੱਕ ਟ੍ਰੇਨ ਫੜਾਂਗੇ। ਬਈ ਆ ਗਿਆ ਆਪਣੇ ਕੋਲ ਜੰਗ ਫਰਾਊ ਦਾ ਟੌਪ ਆਫ ਯੂਰਪ ਦਾ ਪਾਸਪੋਰਟ, ਮਤਲਬ ਉਹਦਾ ਬੁੱਕਲੈਟ ਜੀ ਹੈ, ਅਤੇ ਆ ਗਈ ਟਿਕਟ। ਬਈ ਇਹ ਟਿਕਟ ਇੱਥੋਂ ਇੱਦਾਂ ਖਰੀਦਣੀ ਹੈ ਤਾਂ 200 ਫਰੈਂਕਸ ਦੀ ਹੈ, ਅਤੇ ਪੈਕ ਦੇ ਵਿੱਚ ਮੈਨੂੰ ਪਈ ਹੈ 300 ਦੀ, ਪਰ ਉਹ 300 ਦੇ ਵਿੱਚ ਬਈ ਸਾਰਾ ਮਤਲਬ ਆਉਣਾ ਜਾਣਾ ਵੀ ਵਿੱਚ ਇਨਕਲੂਡ ਹੈ, ਅਤੇ ਗਾਈਡ ਵੀ ਹੈ। ਮੈਨੂੰ ਲੱਗਦਾ ਆਹ ਕੇਬਲ ਕਾਰ ਆ ਜਿਹੜੀ, ਇਹ ਲੈ ਕੇ ਜਾਊਗੀ ਰੇਲਵੇ ਸਟੇਸ਼ਨ ਤੱਕ। ਲਓ ਬਈ ਆ ਗਈ ਇਹ, ਇਹ ਦੇਖ ਕੇ ਮੈਨੂੰ ਚਾਈਨਾ ਵਾਲੀ ਦੀ ਯਾਦ ਆ ਗਈ, ਲਾਸਟ ਮੈਂ ਚਾਈਨਾ 'ਚ ਬੈਠਾ ਸੀਗਾ ਕੇਬਲ ਕਾਰ 'ਚ। ਵਿਊ ਦੇਖ ਰਿਹਾ ਬਈ, ਬਿਲਕੁਲ ਉਹ ਸੀ ਉੱਥੋਂ ਆਇਆ ਲੈ, ਔਰ 15 ਮਿੰਟ ਲਾਊਗੀ ਸ਼ਾਇਦ ਉੱਤੇ ਮੇ ਬੀ ਸਟੇਸ਼ਨ ਤੱਕ ਜਾਣ ਲਈ, ਔਰ ਵਿਊ ਦੇਖੋ ਕਿੰਨਾ ਨਜ਼ਾਰੇਦਾਰ ਦੇਖ ਰਿਹਾ। ਗ੍ਰਿੰਡਲਵਾਲਡ ਪਿੰਡ ਹੈ ਬਈ, ਇੰਟਰਲੇਕਨ ਤੋਂ ਲਗਭਗ ਕੁਛ ਅੱਧਾ ਘੰਟਾ ਲੱਗਦਾ, ਚਾਹੋ ਤਾਂ ਤੁਸੀਂ ਆਪ ਵੀ ਆ ਸਕਦੇ ਹੋ ਅਤੇ ਆਪ ਆ ਕੇ ਇੱਥੋਂ ਟਿਕਟ ਪਰਚੇਸ ਕਰ ਸਕਦੇ ਹੋ। ਬਈ ਬਿਲਕੁਲ ਟੌਪ 'ਤੇ ਆ ਗਏ, ਅਤੇ ਵਿਊ ਤੁਸੀਂ ਦੇਖਿਆ ਹੀ ਹੋਣਾ ਬਈ, ਕਿੰਨਾ ਸ਼ਾਨਦਾਰ ਵਿਊ ਸੀਗਾ ਬਈ, ਬੜਾ ਹੀ ਪਿਆਰਾ ਵਿਊ ਸੀਗਾ। ਖੈਰ ਜਿੰਨੀਆਂ ਵੀ ਇਹ ਹੁੰਦੇ ਆ ਕੇਬਲ ਕਾਰਸ ਹੁੰਦੀਆਂ, ਜੇ ਬਰਫ਼ ਹੋਵੇ ਤਾਂ ਵਿਊ ਇੱਦਾਂ ਦਾ ਹੀ ਦਿਖਦਾ, ਇਹ ਨੋਰਮਲ ਸੀਗਾ ਪਰ ਕਾਫ਼ੀ ਵਧੀਆ ਸੀ, ਇੱਦਾਂ ਦਾ ਵਿਊ ਕਿਤੇ ਹੋਰ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦਾ, ਪਰ ਜਿਹੜਾ ਉਹ ਪਿੰਡ ਦਾ ਵਿਊ ਸੀ ਨਾ ਬਈ ਗ੍ਰਿੰਡਲਵਾਲਡ ਦਾ, ਉਹ ਸ਼ਾਇਦ ਤੁਹਾਨੂੰ ਦੇਖਣ ਨੂੰ ਨਹੀਂ ਮਿਲ ਸਕਦਾ ਕਿਤੇ ਹੋਰ ਇਸ ਜਗ੍ਹਾ ਤੋਂ ਇਲਾਵਾ ਬਈ, ਬਹੁਤ ਵਧੀਆ ਸੀਗਾ, ਮਜ਼ਾ ਆ ਗਿਆ ਦੇਖ ਕੇ। ਬਈ ਉਹ ਸਟੇਸ਼ਨ ਆ ਗਿਆ ਸ਼ਾਇਦ ਇੱਥੋਂ, ਆਹ ਦੇਖੋ ਇਹਦੀ ਹਾਈਟ ਹੈਗੀ ਆ 2320 ਮੀਟਰ, ਇੱਥੋਂ ਟ੍ਰੇਨ ਲੈ ਕੇ ਜਾਊਗੀ ਜੰਗਫਰਾਊ ਸਟੇਸ਼ਨ, ਜਿਹੜਾ ਕਿ ਹੈਗਾ ਟੌਪ 'ਤੇ ਆ, ਜਿਹੜਾ 3430 ਜਾਂ 3620 ਮੀਟਰ ਦੀ ਹਾਈਟ 'ਤੇ ਆ। ਪਰ ਇੱਥੇ ਠੰਡ ਹੈ ਯਾਰ, -2 ਡਿਗਰੀ ਹੋ ਰਿਹਾ ਇੱਥੇ, ਉੱਤੇ ਜੰਗਫਰਾਊ ਕਹਿੰਦੇ -16 ਡਿਗਰੀ ਹੋ ਰਿਹਾ ਟੈਂਪਰੇਚਰ। ਆ ਖੜੀ ਹੋਈ ਆ ਬਈ ਟ੍ਰੇਨ, ਔਰ ਹਰ ਅੱਧੇ ਘੰਟੇ ਬਾਅਦ ਟ੍ਰੇਨ ਆਉਂਦੀ ਰਹਿੰਦੀ ਹੈ, ਅੱਧੇ ਘੰਟੇ ਬਾਅਦ ਇੱਧਰ ਨੂੰ, ਤਾਂ ਨੂੰ, ਅਤੇ ਅੱਧੇ ਘੰਟੇ ਬਾਅਦ ਥੱਲੇ ਨੂੰ। ਸਾਡੀ ਆ 12:45 'ਤੇ, ਉਸ ਤੋਂ ਬਾਅਦ 13:15 'ਤੇ ਆ, ਫਿਰ 13:45 'ਤੇ, ਇੱਦਾਂ ਆ। ਉਹ ਮੈਨੂੰ ਲੱਗਦਾ ਤਾਂ ਜਾ ਰਹੀ ਆ ਬਈ, ਸਾਡੀ ਇੱਥੇ ਆਊਗੀ ਜਿਹੜੀ, ਨਹੀਂ ਉਹ ਸੋਰੀ, ਉਹ ਥੱਲੇ ਜਾ ਰਹੀ ਆ, ਸਾਡੀ ਇੱਥੇ ਆਊਗੀ ਜਿਹੜੀ ਤਾਂ ਜਾਊਗੀ। ਬਈ ਇਹ 25 ਮਿੰਟ ਦੀ ਰਾਈਡ ਆਊਗੀ ਜਿੱਥੋਂ ਤੱਕ ਮੈਨੂੰ ਸਮਝ ਆਇਆ।
ਹਲੇ ਤਾਂ ਬਿਲਕੁਲ ਸਲੋ ਸਲੋ ਚੱਲ ਰਹੀ ਹੈ, ਟਨਲ ਦੇ ਵਿੱਚ ਆ ਗਈ ਹੁਣ ਦੁਬਾਰਾ। ਬਾਹਰ ਕੱਢੋ ਯਾਰ ਛੇਤੀ ਛੇਤੀ ਵਿਊ ਦੇਖਣ ਦੋ ਬਈ। ਰਾਜ ਤਾਂ ਕੁਛ ਦੇਖਦਾ ਨਹੀਂ, ਪੂਰੀ ਟਨਲ ਦੇ ਵਿੱਚ ਦੀ ਹੈ ਟ੍ਰੇਨ ਅਤੇ ਇੱਥੇ 5 ਮਿੰਟ ਲਈ ਰੁਕੀ ਹੈ। ਔਰ ਇਹ ਬਈ ਕੋਈ ਸਟੇਸ਼ਨ ਉੱਦਾਂ ਨਹੀਂ ਹੈ, ਇਹ ਸਿਰਫ ਫੋਟੋਆਂ ਲਈ ਸਟੋਪ ਹੈ। ਬਸ ਇੱਥੇ ਆਪਦਾ ਵਿਊ ਇੰਜੋਏ ਕਰੋ, 5 ਮਿੰਟ ਅਤੇ ਚੜ੍ਹ ਜਾਓ, ਫਿਰ ਅਗਲੇ ਸਟੋਪ 'ਤੇ ਜਾਓਗੀ। ਮੈਨੂੰ ਲੱਗਦਾ ਨਹੀਂ ਕਿ ਇੱਥੇ ਕੋਈ ਪਿੰਡ ਜਾਂ ਹੋਊਗਾ, ਇਹ ਸਿਰਫ ਟੂਰਿਸਟ ਲਈ ਹੀ ਬਣਾਇਆ ਗਿਆ ਸਪੋਟ ਹੈ। ਪਰ ਜਿਹੜੀ ਚਾਈਨਾ ਵਾਲੀ ਤਿੱਬਤ ਵਾਲੀ ਉਹ ਹਾਈਐਸਟ ਆ, ਉਹ ਤਾਂ ਖੈਰ ਇਸ ਤੋਂ ਜ਼ਿਆਦਾ ਹੀ ਹੈ, 5 ਕਿਲੋਮੀਟਰ ਉਹਦੀ ਤਾਂ ਹਾਈਟ। ਪਰ ਬਈ ਉੱਥੇ ਲੋਕ ਰਹਿੰਦੇ ਆ, ਉਹ ਪਿੰਡ ਹੈ, ਉਹ ਪਿੰਡ ਦਾ ਸਟੋਪ ਹੈ, ਉਹ ਟੂਰਿਸਟਿਕ ਸਪੋਟ ਨਹੀਂ ਬਣਾਇਆ ਹੋਇਆ, ਇਹ ਬਿਲਕੁਲ ਇਕੱਲਾ ਟੂਰਿਸਟ ਲਈ ਹੀ ਬਣਾਇਆ ਗਿਆ। ਚਲੋ ਦੇਖਦੇ ਇੱਥੋਂ ਕੀ ਵਿਊ ਦੇਖਦਾ, ਬਰਫ ਹੀ ਬਰਫ ਜੰਮੀ ਪਈ ਆ ਬਾਹਰ ਤਾਂ ਸਾਰੀ, ਕੁਛ ਵੀ ਨਹੀਂ ਦਿਖ ਰਿਹਾ। ਵਾਓ ਚਲੋ ਚੱਲੀਏ, ਦੁਬਾਰਾ ਚੱਲ ਕੇ ਬੈਠੀ ਆ, ਉੱਥੇ ਰੁਕੂਗੀ, ਉੱਥੇ ਸ਼ਾਇਦ 1-1.5 ਘੰਟੇ ਦਾ ਸਟੋਪ ਹੋਊਗਾ, 2 ਟ੍ਰੇਨਸ ਤੋਂ ਬਾਅਦ ਵਾਪਸ ਆਉਂਦੇ। ਇੱਥੇ ਆ ਗਏ ਆਪਾਂ ਸਭ ਤੋਂ ਉੱਚੀ ਜਗ੍ਹਾ ਤੇ, ਜੰਗ ਫਰਾਊ ਬਹਾਨ, ਇਹਦਾ ਮਤਲਬ ਟ੍ਰੇਨ ਦਾ ਪੂਰਾ ਨਾਮ ਵੈਸੇ ਜੰਗ ਫਰਾਊ ਹੀ ਆ ਸਟੇਸ਼ਨ ਦਾ ਨਾਂ। ਆ ਦੇਖੋ ਟੌਪ ਆਫ ਦਾ ਯੂਰਪ, 3454 ਮੀਟਰ ਦੀ ਹਾਈਟ ਹੈ। ਪਰ ਬਈ ਸਾਰੇ ਰਾਹ ਟ੍ਰੇਨ ਜਿਹੜੀ ਹੈ ਬਿਲਕੁਲ ਟਨਲ ਦੇ ਵਿੱਚ ਦੀ ਚੱਲਦੀ ਆਉਂਦੀ ਹੈ, ਔਰ ਇਸ ਟਨਲ ਨੂੰ ਕਹਿੰਦੇ ਆ ਜੰਗ ਫਰਾਊ ਟਨਲ। ਆਪਾਂ ਜੰਗ ਫਰਾਊ ਟਨਲ ਦੇ ਵਿੱਚ ਹੀ ਆਉਣ, ਬਾਹਰ ਨਿਕਲਾਂਗੇ ਅਤੇ ਫਿਰ ਹੀ ਕੁਛ ਆਪਾਂ ਨੂੰ ਦਿਖੂਗਾ। ਇੱਥੇ ਬਈ ਇੱਕ ਟਨਲ ਜੀ ਆ ਗਈ, ਇਹਦੇ ਵਿੱਚ ਦੀ ਜਾ ਰਹੇ ਹਾਂ, ਪਤਾ ਨਹੀਂ ਕਿੱਧਰ ਨੂੰ। ਇੱਥੇ ਹੈਗੇ ਆਪਾਂ ਹੁਣ 2 ਘੰਟੇ ਪੂਰੇ, 1 ਘੰਟਾ 28 ਮਿੰਟ, ਪਤਾ ਨਹੀਂ ਯਾਰ ਇਹ ਤਾਂ ਨਹੀਂ ਮੈਂ ਕਰ ਰਿਹਾ, ਜੇ 1 ਘੰਟਾ 28 ਮਿੰਟ ਦਾ ਕੋਈ ਟੂਰ ਆ ਤਾਂ ਇਸ ਟਨਲ ਦੇ ਵਿੱਚ 1.5 ਘੰਟਾ ਤਾਂ ਨਹੀਂ ਤੁਰ ਸਕਦੇ। ਚਲੋ ਥੋੜ੍ਹੀ ਦੂਰ ਚੱਲ ਕੇ ਦੇਖਦੇ ਹਾਂ ਕੀ ਆ, ਨਹੀਂ ਤਾਂ ਵਾਪਸ ਆ ਜਾਵਾਂਗੇ। ਹੁਣ ਆਏ ਹਾਂ ਬਈ ਟੌਪ 'ਤੇ, ਅਤੇ ਲੱਗ ਵੀ ਰਿਹਾ ਕਿ ਟੌਪ 'ਤੇ ਆਏ ਹਾਂ, ਬਿਲਕੁਲ ਐਂ ਲੱਗ ਰਿਹਾ ਕਿ ਪਹਾੜਾਂ ਦੇ ਉੱਤੇ ਆ ਗਏ ਅਤੇ ਬੱਦਲ ਮੈਨੂੰ ਮੇਰੇ ਬਿਲਕੁਲ ਸਾਹਮਣੇ ਦਿਖ ਰਹੇ ਆ ਬਈ। ਚਲੋ ਹੁਣ ਥੋੜ੍ਹਾ ਜਿਹਾ ਹੋਰ ਉੱਤੇ ਚੱਲਦੇ ਹਾਂ, ਲੱਗ ਰਿਹਾ ਵੀ ਟਨਲ ਤੋਂ ਬਾਹਰ ਨਿਕਲ ਗਏ, ਟਨਲ ਦੇ ਵਿੱਚ ਤਾਂ ਕੀ ਪਤਾ ਲੱਗਦਾ ਵੀ ਉੱਤੇ ਹਾਂ ਕਿ ਥੱਲੇ ਹਾਂ। ਹਾਂ ਹੁਣ ਪਤਾ ਲੱਗ ਰਿਹਾ ਵੀ ਵਾਕਈ ਯੂਰਪ ਦੇ ਆਪਾਂ ਟੌਪ ਦੇ ਉੱਤੇ ਖੜ੍ਹੇ ਹੋਏ ਹਾਂ, ਪਰ ਹਾਲੇ ਵੀ ਆ ਸ਼ੀਸ਼ੇ ਛੋਟੇ ਛੋਟੇ ਆ, ਮੈਨੂੰ ਲੱਗਦਾ ਉੱਪਰ ਵੀ ਆਪਾਂ ਬਾਹਰ ਆਊਟਸਾਈਡ ਦਾ ਜਿਹੜਾ ਵਿਊ ਉਹ ਵੀ ਇੰਜੋਏ ਕਰ ਸਕਦੇ ਹਾਂ। ਪਰ ਇੱਥੇ ਨਾ ਧੁੱਪ ਬੜੀ ਵਧੀਆ ਲੱਗ ਰਹੀ ਹੈ, ਬਾਹਰ ਟੈਂਪਰੇਚਰ -16 ਹੈ, ਪਰ ਇੱਥੇ ਬੜਾ ਮਜ਼ਾ ਜਿਹਾ ਆ ਰਿਹਾ ਕਿਉਂਕਿ ਵੀ ਸ਼ੀਸ਼ਿਆਂ ਦੇ ਵਿੱਚ ਦੀ ਧੁੱਪ ਪੈ ਰਹੀ ਹੈ ਅਤੇ ਵਧੀਆ ਨਿੱਘਾ ਜਿਹਾ ਲੱਗ ਰਿਹਾ। ਲਓ ਵੀ ਇਹ ਆ ਗਿਆ ਆਪਾਂ ਬਾਹਰ, ਸਵਿਟਜ਼ਰਲੈਂਡ ਦਾ ਝੰਡਾ ਅਤੇ ਬਾਹਰ ਦਾ ਕੁਛ ਨਜ਼ਾਰਾ। ਪਰ ਠੰਡ ਕਾਫੀ ਜ਼ਿਆਦਾ ਬਈ, ਇੱਕਦਮ ਮੈਨੂੰ ਰਸ਼ੀਆ ਵਾਲੀ ਯਾਦ ਆ ਗਈ, ਉਹ ਇਮੀਆਂ ਕੌਣ ਵਾਲੀ। ਪਰ ਖੈਰ ਉੱਥੇ ਤਾਂ ਬਹੁਤ ਹੀ ਜ਼ਿਆਦਾ ਸੀ, ਪਰ ਇਹ ਵੀ ਕਾਫੀ ਜ਼ਿਆਦਾ ਲੱਗ ਰਹੀ ਹੈ ਬਈ, -16, -17, -20 ਵੀ ਹੋ ਸਕਦਾ, ਪਰ -16 ਸ਼ਾਇਦ 16 ਹੀ ਹੈ, ਮੈਂ ਥੱਲੋਂ ਦੇਖਿਆ ਸੀਗਾ, ਹੁਣ ਕੀ ਪਤਾ ਘੱਟ ਵੱਧ ਗਿਆ ਹੋਵੇ। ਦੋ ਮਿੰਟ ਵੀ ਬਾਹਰ ਨਹੀਂ ਖੜਾ ਗਿਆ, ਮੇਰੇ ਹੱਥ ਠਰਨ ਲੱਗ ਗਏ ਕਿਉਂਕਿ ਮੈਂ ਕੱਪੜੇ ਉੱਦਾਂ ਦੇ ਨਹੀਂ ਪਾਏ ਹੋਏ, ਕੱਪੜੇ ਨੋਰਮਲੀ ਬਸ -2-4-5 ਲਈ ਕਾਫੀ ਹੈ, ਕੱਪੜੇ ਸ਼ਾਇਦ ਉਹਦੇ ਲਈ ਵੀ ਕਾਫੀ ਨਹੀਂ ਹੈ, ਅਤੇ -16-17 ਲੱਗ ਰਿਹਾ ਕਾਫੀ ਠੰਡਾ, ਅਤੇ ਬਾਹਰ ਇੱਦਾਂ ਹੀ 2-2, 3-3 ਮਿੰਟ ਕਰਕੇ ਬਾਹਰ ਜਾਊਂਗਾ, ਦੁਬਾਰਾ ਫਿਰ ਜਾਊਂਗਾ। ਬਾਈ ਬੜੀ ਹਿੰਮਤ ਕਰਕੇ ਦੁਬਾਰਾ ਬਾਹਰ ਆਇਆ, ਬਹੁਤ ਠੰਡਾ ਬਾਈ, ਵਾਓ, ਪਰ ਇਹ ਨਜ਼ਾਰਾ ਦੇਖ ਕੇ ਠੰਡ ਲੈਂਦੀ ਹੈ। ਮਜ਼ਾ ਤਾਂ ਬਹੁਤ ਆ ਰਿਹਾ, ਪਰ ਹਵਾ ਇੰਨੀ ਜ਼ਿਆਦਾ ਚੱਲ ਰਹੀ ਹੈ, ਹੱਥ ਸੁੰਗੜ ਰਹੇ ਆ,
ਆਹ ਵਧੀਆ ਲੱਗ ਰਿਹਾ ਫਲੈਗ, ਪਰ ਭੀੜ ਕਾਫੀ ਜ਼ਿਆਦਾ ਯਾਰ, ਸਿੱਕਟ ਹੈ ਨਾ, ਇੱਦਾਂ ਇਕੱਲੇ ਦੀ ਫੋਟੋ ਹੋ ਗਈ। ਪਰ ਯਾਰ ਇੱਥੇ ਨਾ ਆ ਨਹੀਂ ਸਕਦੇ, ਕੋਈ ਪਿੰਡ ਜਾਂ ਸ਼ਹਿਰ ਨਹੀਂ ਹੈਗਾ ਇੱਥੇ, ਇਹ ਜਸਟ ਸਿਰਫ ਟੂਰਿਸਟ ਲਈ ਹੀ ਟ੍ਰੇਨ ਆਉਂਦੀ ਹੈ। ਅਤੇ ਅੱਜ ਤੋਂ 112 ਸਾਲ ਪਹਿਲਾਂ ਵੀ ਇਹ ਸ਼ੁਰੂ ਹੋਈ ਸੀਗੀ 1912 ਦੇ ਵਿੱਚ, 2024 ਚੱਲਦੇ। ਅਤੇ ਇੰਨੀ ਠੰਡ ਚੜ੍ਹ ਗਈ ਸੀ, ਮੈਂ ਤਾਂ ਇੱਥੇ ਆ ਕੇ ਬੈਠਾ, ਇੱਥੇ ਸ਼ੀਸ਼ਿਆਂ ਵਿੱਚ ਧੁੱਪ ਪੈਂਦੀ ਹੈ, ਥੋੜ੍ਹਾ ਜਿਹਾ ਨਿੱਘ ਮਹਿਸੂਸ ਹੁੰਦਾ। ਥੱਲੇ ਆ ਕੇ ਇੱਕ ਆਹ ਕੁਛ ਬਣਿਆ ਹੋਇਆ, ਕਾਫੀ ਇੱਦਾਂ ਨਾ ਚੱਲਦੇ ਚੱਲਦੇ ਇਹਨਾਂ ਨੇ ਇੱਦਾਂ ਚੀਜ਼ਾਂ ਜਿਹੀਆਂ ਬਣਾ ਰੱਖੀਆਂ, ਸੋਹਣੀਆਂ ਲੱਗਦੀਆਂ। ਮੈਨੂੰ ਪਤਾ ਨਹੀਂ ਵਲੌਗ 'ਚ ਤੁਹਾਨੂੰ ਕਿੱਦਾਂ ਦੀਆਂ ਲੱਗ ਰਹੀਆਂ, ਪਰ ਅੱਖਾਂ ਨੂੰ ਦੇਖਣ 'ਚ ਕਾਫੀ ਸੋਹਣੀਆਂ ਲੱਗਦੀਆਂ। ਵਲੌਗ 'ਚ ਕਾਫੀ ਇੱਦਾਂ ਦੀਆਂ ਚੀਜ਼ਾਂ ਕਈ ਵਾਰ ਬੋਰਿੰਗ ਲੱਗਦੀਆਂ ਹੁੰਦੀਆਂ, ਪਰ ਉਦਾਂ ਸੋਹਣਾ ਲੱਗ ਰਿਹਾ। ਆਹ ਦੇਖੋ ਟ੍ਰੇਨ ਬਣਾਈ ਹੋਈ ਹੈ ਕਿਵੇਂ ਥੱਲੋਂ, ਆਹ ਪੋਲਰ ਬੀਅਰ ਬਣਾਏ ਹੋਏ ਆ, ਕੀ ਹੈ ਨਹੀਂ ਇਹ ਗਾਵਾਂ ਬਣਾਈਆਂ ਹੋਈਆਂ ਬਈ, ਸਵਿਟਜ਼ਰਲੈਂਡ ਆਪਦੀਆਂ ਗਾਵਾਂ ਲਈ ਵੀ ਕਾਫੀ ਫੇਮਸ ਹੈ। ਲਓ ਵੀ ਉੱਧਰੋਂ ਆ ਕੇ ਹੁਣ ਆਪਾਂ ਚੱਲਦੇ ਹਾਂ ਇੱਧਰ, ਇਹ ਪੂਰਾ ਟੂਰ ਹੀ ਆ ਵੀ, ਵਾਕਈ 1 ਘੰਟਾ 50 ਮਿੰਟ ਜਿਹੜੇ ਲਿਖੇ ਸੀ ਸਹੀ ਲਿਖੇ ਸੀ। ਹੁਣ ਇੱਥੇ ਲਿਖਿਆ ਹੋਇਆ 50 ਮਿੰਟ ਰਹਿ ਗਏ, ਕਿਉਂਕਿ ਉੱਤੇ ਆਪਾਂ ਲਾਇਆ ਕਾਫੀ ਦੇਰ। ਅਤੇ ਆ ਦੇਖੋ ਕਿੰਨਾ ਵਧੀਆ ਬਣਾਇਆ ਹੋਇਆ ਯਾਰ, ਇੱਕ ਬੰਦਾ ਇੱਦਾਂ ਖੜ੍ਹਾ ਹੋਇਆ ਮਾਊਂਟੇਨਸ ਦੇ ਉੱਤੇ, ਮਤਲਬ ਟੋਪ ਆਫ ਦਾ ਮਾਊਂਟੇਨ 'ਤੇ ਖੜ੍ਹਾ ਹੋਇਆ। ਕਾਫੀ ਵਧੀਆ ਕੀਤਾ ਹੋਇਆ ਕੰਮ ਇਹਨਾਂ ਨੇ ਯਾਰ, ਜਿਵੇਂ ਚਾਈਨਾ ਨੇ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਟਨਲਸ ਪਰਫੈਕਟ ਕੀਤੀਆਂ ਹੋਈਆਂ ਸੀ ਨਾ, ਇਹਨਾਂ ਨੇ ਵੀ ਬਹੁਤ ਚੀਜ਼ਾਂ ਇੱਦਾਂ ਪਰਫੈਕਟ ਬਣਾਈਆਂ ਹੋਈਆਂ ਨੇ। ਅਠਾਰਾਂ ਸੌ 96 ਦੇ ਵਿੱਚ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ, ਫਿਰ 1998 'ਚ 1898 1903 1912 ਦੇ ਵਿੱਚ ਜਾ ਕੇ ਵੀ ਇਹ ਸਟੇਸ਼ਨ ਜਿਹੜਾ 1 ਅਗਸਤ 1912 ਨੂੰ ਓਪਨ ਕਰ ਦਿੱਤਾ ਗਿਆ ਸੀਗਾ। ਮਤਲਬ 16 ਸਾਲ ਕੰਸਟਰਕਸ਼ਨ ਕੀਤੀ ਗਈ ਸੀ ਇਸ ਸਟੇਸ਼ਨ ਦੀ। ਕੋਈ ਮੈਨੂੰ ਲੱਗਦਾ ਇਹ ਆਈਸ ਟਨਲ ਆ, ਆਈਸ ਪੈਲਸ ਲਿਖਿਆ ਹੋਇਆ। ਇੱਧਰ ਚੱਲ ਕੇ ਦੇਖਦੇ ਹਾਂ ਕੀ ਹੈ। ਸਾਰੀ ਦੀ ਸਾਰੀ ਬਰਫ਼ ਹੈ ਬਿਲਕੁਲ ਬਈ, ਔਰ ਬਰਫ਼ ਦੇ ਵਿੱਚ ਦੇਖਿਓ ਕੀ ਦਿਖ ਰਿਹਾ, ਔਰ ਬਿਲਕੁਲ ਪੂਰੀ ਟਨਲ ਜਿਹੜੀ ਆ ਬਰਫ਼ ਦੀ ਬਣੀ ਹੋਈ ਹੈ, ਸਾਰੀ ਅਸਲੀ ਬਰਫ਼ ਹੈ। ਮੈਨੂੰ ਲੱਗਿਆ ਸੀ ਪਹਿਲਾਂ ਕਿਤੇ ਉੱਦਾਂ ਨਾ ਹੋਵੇ, ਸਾਰੀ ਦੀ ਸਾਰੀ ਅਸਲੀ ਆ ਬਰਫ਼। ਔਰ ਪਰ ਆਹ ਚੀਜ਼ ਦੇਖਿਓ ਥੱਲੇ ਇਹਨਾਂ ਨੇ ਪਤਾ ਨਹੀਂ ਉਹਨੂੰ ਕਿਸ ਤਰ੍ਹਾਂ ਕੋਟਿੰਗ ਜੀ ਕੀਤੀ ਹੈ ਇਹਦੀ, ਕਿ ਪੈਰ ਥੱਲੇ ਤਿਲਕਦਾ ਨਹੀਂ ਉਹਦਾ, ਤਿਲਕਣ ਹੈ ਪਰ ਇੰਨੀ ਨਹੀਂ ਕਿ ਬੰਦਾ ਤਿਲਕੀ ਜਾਵੇ। ਬਰਫ਼ ਦੇ ਵਿੱਚ ਕੀ ਹੈ ਮਿੱਟੀ ਮੁੱਟੀ ਜੋ ਵੀ ਉਹ ਵਿੱਚ ਹੀ ਰਹਿ ਗਿਆ। ਕੂਲਰ ਵੀਅਰ ਵੀ ਇਹਨਾਂ ਨੇ ਬਰਫ਼ ਦੇ ਹੀ ਬਣਾ ਰੱਖਿਆ, ਵਧੀਆ ਲੱਗ ਰਿਹਾ। ਕੂਲਰ ਵੀਅਰ ਹੀ ਨਹੀਂ ਆ ਬਈ, ਆਹ ਹੋਰ ਵੀ ਬਣਾ ਰੱਖਿਆ ਇਹਨਾਂ ਨੇ, ਆਹ ਕੀ ਹੈ ਬਾਜ਼ ਹੈ ਕਿ ਕੋਈ ਪੰਛੀ ਜਿਹਾ ਬਣਾ ਰੱਖਿਆ, ਸੀਗਲ ਹੈ ਕੀ ਹੈ ਜੋ ਵੀ ਹੈ, ਆਹ ਬਣਾ ਰੱਖਿਆ ਕੁਛ, ਆਹ ਲੱਕੜਾਂ ਬਣਾ ਰੱਖੀਆਂ, ਸਾਰਾ ਕੁਛ ਬਰਫ਼ ਦਾ ਬਣਾਇਆ ਹੋਇਆ। ਪਰ ਇਹ ਪਿਘਲਦੀ ਨਹੀਂ ਯਾਰ, ਆਹ ਦੇਖੋ ਉੱਤੋਂ ਪਿਘਲ ਤਾਂ ਰਹੀ ਹੈ ਯਾਰ, ਪਹਾੜ ਦੇ ਨਾਲ ਨਾਲ ਦੇਖੋ ਕਿੱਦਾਂ ਹੋਇਆ ਪਿਆ, ਪਰ ਫਿਰ ਵੀ ਇਹਨਾਂ ਨੇ ਕਾਫੀ ਵਧੀਆ ਤਰੀਕੇ ਨਾਲ ਉਹਨੂੰ ਮੇਨਟੇਨ ਕਰਕੇ ਰੱਖਿਆ ਹੋਇਆ। ਇੱਥੇ ਆ ਕੇ ਤਾਂ ਬਈ ਇਹ ਭੁੱਲ ਭੁਲਈਆ ਜਿਹਾ ਬਣ ਗਿਆ, ਪਤਾ ਨਹੀਂ ਲੱਗ ਰਿਹਾ ਕਿੱਧਰ ਜਾਣਾ ਕਿੱਧਰ ਨਹੀਂ। ਦੇਖੋ ਸਾਹਮਣੇ ਆ, ਇੱਧਰ ਚਲੀਆਂ ਗਈਆਂ ਕੁਛ, ਆਹ ਕੀ ਹੈ, ਵਾਹ ਬਈ ਆ ਗਈ ਹੈ, ਬਰਫ਼ ਦੇ ਵਿੱਚ ਹੀ ਰਹਿ ਗਿਆ, ਮੈਨੂੰ ਲੱਗਦਾ ਲਾਲ ਕੋਈ ਰੰਗ ਰੁੰਗ ਜਿਹਾ ਸੀ। ਇੱਥੋਂ ਬਰਫ਼ ਖੁਰ ਗਈ ਬਈ, ਆਹ ਦੇਖਿਓ ਖੁਰ ਗਈ, ਅਤੇ ਉਹਦੇ ਕਰਕੇ ਇੱਥੋਂ ਕਿਸੇ ਨੇ ਮੈਨੂੰ ਲੱਗਦਾ ਕੋਈ ਵਿੱਚ ਪਾ ਤੀ ਚੀਜ਼, ਆ ਦੇਖੋ ਮੇਰੀ ਉਂਗਲ ਵੀ ਵਿੱਚ ਜਾ ਰਹੀ ਹੈ ਇਹਦੇ, ਵਾਓ। ਅੰਦਰ ਆਣੇ ਇੱਕ ਟੈਡੀ ਬੀਅਰ ਜਾਈ ਬਈ, ਇਹਦੇ ਬਰਫ਼ ਦੇ ਵਿੱਚ ਹੀ ਫਿੱਟ ਕਰਤਾ, ਦੇਖਿਓ ਫਿੱਟ ਕਰਕੇ ਉੱਤੋਂ ਬਰਫ਼ ਲਾਤੀ। ਔਰ ਆਹ ਇੱਦਾਂ ਲੱਗ ਰਿਹਾ ਵੀ ਇੱਥੇ ਜੇ ਮਾਰਿਆ ਤਾਂ ਬਰਫ਼ ਟੁੱਟ ਸਕਦੀ ਹੈ, ਥੋੜ੍ਹੀ ਜਿਹੀ ਹਲਕੀ ਲੱਗ ਰਹੀ ਹੈ। ਆਹ ਤਾਂ ਬਿਲਕੁਲ ਡਾਇਮੰਡ ਵਾਂਗੂ ਚਮਕ ਰਹੀ ਹੈ ਵੀ, ਲਾਈਟਾਂ ਪੈ ਰਹੀਆਂ ਨੇ ਇਹਦੇ 'ਤੇ, ਆ ਦੇਖਿਓ ਇੱਦਾਂ ਇਹਨਾਂ ਨੇ ਲਾਈਟਾਂ ਵੀ ਲਾਈਆਂ ਹੋਈਆਂ। ਆਹ ਦੇਖੋ ਤੁਸੀਂ ਕੀ ਭੁੱਲ ਭੁਲਈਆ ਜਾ, ਇਹ ਬਿਲਕੁਲ ਹੀ ਹਨੇਰਾ ਆ ਗਿਆ। ਤਾਂ ਇੱਥੇ ਆ ਗਏ ਵੀ ਆਪਾਂ ਐਗਜ਼ਿਟ ਪੁਆਇੰਟ ਕੋਲ, ਅਤੇ ਇੱਥੇ ਲਿਖਿਆ ਹੋਇਆ ਟੋਪ ਆਫ ਯੂਰੋਪ, ਇਹ ਵੀ ਸਾਰਾ ਬਰਫ਼ ਨਾਲ ਲਿਖਿਆ ਹੋਇਆ ਵੇ,
ਕਮਾਲ ਦੀ ਕਾਰਾਗਰੀ ਕੀਤੀ ਹੈ ਜਿਹੜੀ ਵੀ ਹੈ। ਨੀਰਜ ਚੋਪੜਾ ਨੂੰ ਇਸ ਟਾਈਮ ਸਵਿਟਜ਼ਰਲੈਂਡ ਨੇ ਆਪਦਾ ਬ੍ਰਾਂਡ ਅੰਬੈਸਡਰ ਬਣਾਇਆ ਹੋਇਆ। ਸੋ ਇਹ ਦੇਖ ਸਕਦੇ ਹੋ ਤੁਸੀਂ ਨੀਰਜ ਚੋਪੜਾ ਦੀਆਂ ਇੱਥੇ ਇਹਨਾਂ ਨੇ ਬਰਫ਼ ਦੇ ਵਿੱਚ ਫੋਟੋਆਂ ਲਾਈਆਂ ਹੋਈਆਂ ਨੇ। ਨੀਰਜ ਚੋਪੜਾ ਬਾਰੇ ਲਿਖਿਆ ਹੋਇਆ ਟੌਪ ਆਫ ਦਾ ਯੂਰਪ ਜਨਵਰੀ 2024। ਸੋ ਸਵਿਟਜ਼ਰਲੈਂਡ ਟੂਰਿਜ਼ਮ ਦਾ ਬ੍ਰਾਂਡ ਅੰਬੈਸਡਰ ਹੈ ਬਈ ਨੀਰਜ ਚੋਪੜਾ। ਰਣਵੀਰ ਸਿੰਘ ਵੀ ਇਹਨਾਂ ਨੇ ਬਣਾਇਆ ਹੋਇਆ ਸੀਗਾ। ਸਵਿਟਜ਼ਰਲੈਂਡ ਆਪਦੇ ਟੂਰਿਜ਼ਮ 'ਤੇ ਕਾਫ਼ੀ ਧਿਆਨ ਦਿੰਦਾ ਕਿਉਂਕਿ ਟੂਰਿਜ਼ਮ ਤੋਂ ਬਹੁਤ ਮੋਟੀ ਕਮਾਈ ਹੈ ਬਈ ਸਵਿਟਜ਼ਰਲੈਂਡ ਦੀ। ਕਿਸੇ ਵੀ ਦੇਸ਼ ਦੇ ਵਿੱਚ ਟੂਰਿਜ਼ਮ ਵਿਜ਼ਿਟ ਹੁੰਦਾ ਤਾਂ ਸਸਤੇ ਹੁੰਦੇ, ਇੱਕ ਤਾਂ ਮਹਿੰਗਾ ਇੰਨਾ, ਫਿਰ ਬਈ ਇਹ ਟਾਰਗੇਟ ਅਮੀਰ ਟੂਰਿਸਟ ਨੂੰ ਜ਼ਿਆਦਾ ਕਰਦਾ। ਸੋ ਤਾਂ ਕਰਕੇ ਬਾਈ ਇੱਥੇ ਆ ਕੇ, ਪਰ ਹਵਾ ਇੰਨੀ ਤੇਜ਼ ਚੱਲ ਰਹੀ ਹੈ, ਪਤਾ ਨਹੀਂ ਆਵਾਜ਼ ਸੁਣ ਰਹੀ ਹੋਊਗੀ ਕਿ ਨਹੀਂ। ਇੱਥੋਂ ਦੇ ਸਿਰਫ ਸ਼ੋਟ ਇੰਜੋਏ ਕਰਿਓ। ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ, ਆਵਾਜ਼ ਪਤਾ ਨਹੀਂ ਕਿੱਦਾਂ ਆਊਗੀ। ਪਰ ਹੁਣ ਆਪਾਂ ਟੌਪ 'ਤੇ ਜਾ ਰਹੇ ਹਾਂ ਗਲੇਸ਼ੀਅਰ ਦੇ। ਆ ਗਏ ਬਾਈ ਟੌਪ 'ਤੇ। ਬਾਈ ਮੇਰੇ ਕੱਪੜੇ ਨਹੀਂ ਹੈਗੇ ਇੱਦਾਂ ਦੇ, ਅਤੇ ਉਹ ਹੈਲੀਕਾਪਟਰ ਦੀ ਆਵਾਜ਼ ਸੁਣੀ ਮੈਨੂੰ, ਔਰ ਬਹੁਤ ਜ਼ਿਆਦਾ ਇੱਦਾਂ ਲੱਗ ਰਿਹਾ ਕੋਈ ਤੂਫਾਨ ਹੀ ਆਉਣ ਵਾਲਾ। ਬਹੁਤ ਜ਼ਿਆਦਾ ਬਰਫ਼ ਉੱਡ ਉੱਡ ਕੇ ਅੱਖਾਂ 'ਚ ਪੈ ਰਹੀ ਹੈ। ਓ ਯੈਸ, ਪਹੁੰਚ ਗਏ। ਪਰ ਆਪਾਂ ਜ਼ਿਆਦਾ ਠਰ ਗਿਆ ਸੀ ਵੀ ਇੱਥੇ ਦਾ ਟੈਂਪਰੇਚਰ ਹੈ -16 ਨਹੀਂ ਲੱਗ ਰਿਹਾ, ਉਸ ਤੋਂ ਵੀ ਘੱਟ ਲੱਗ ਰਿਹਾ, 20-25 ਲੱਗ ਰਿਹਾ ਉੱਤੇ ਬਿਲਕੁਲ ਗਲੇਸ਼ੀਅਰ 'ਤੇ। ਮੈਂ ਤਾਂ ਬਈ ਬਸ ਗਿਆ, ਇੱਕ ਦੋ ਸ਼ੋਟ ਲਏ, ਥੋੜ੍ਹੀ ਜਿਹੀ ਵੀਡੀਓ ਬਣਾਈ ਅਤੇ ਥੋੜ੍ਹਾ ਜਿਹਾ ਬਸ ਇੱਦਾਂ ਦੇਖਿਆ, ਅਤੇ ਕੁਛ ਰਿਹਾ ਹੀ ਨਹੀਂ ਸੀਗਾ, ਛੇਤੀ ਛੇਤੀ ਵਾਪਸ ਆ ਗਿਆ। ਬਹੁਤ ਠੰਡ ਆ ਬਈ, ਅੱਧੇ ਲੋਕ ਤਾਂ ਜਾ ਹੀ ਨਹੀਂ ਰਹੇ। 2.5 ਘੰਟੇ ਦਾ ਟ੍ਰਿਪ ਹੋ ਗਿਆ ਐਂਡ ਰੈਸਟੋਰੈਂਟਸ ਨੇ ਸ਼ੋਪਿੰਗ, ਡਿਸਕਵਰੀ ਟੂਰ ਐਂਡ ਚੱਲੀਏ ਜੀ। ਇੱਥੇ ਵੀ ਦੋ ਮਸ਼ੀਨਾਂ ਲੱਗੀਆਂ ਹੋਈਆਂ ਕੋਇਨ ਪ੍ਰੈਸ ਕਰਨ ਦੀਆਂ, ਮੈਨੂੰ ਲੱਗਦਾ ਇਹ ਪ੍ਰੈਸ ਕਰਕੇ ਕੱਢ ਦੂਗੀ, ਇਹ 'ਚ ਪਾ ਕੇ ਦੇਖਦੇ ਹਾਂ ਆਪਾਂ। ਸ਼ਾਇਦ ਇੱਥੇ ਮੈਂ ਸਿਲੈਕਟ ਕਰ ਲਿਆ ਹਾਂ, ਹੁਣ ਇਹਨੂੰ ਮੈਂ ਪਾਊਂਗਾ, ਯਾਰ ਜਾ ਹੀ ਨਹੀਂ ਰਿਹਾ। ਅਤੇ ਕੋਇਨ ਅੰਦਰ ਦਾ ਚਲੇ ਗਏ, ਇੱਕ 2 ਫਰੈਂਕ ਦਾ ਪਾਇਆ ਮੈਂ, 1 20 ਦਾ ਪਾਇਆ, ਅਤੇ ਉਸ ਤੋਂ ਬਾਅਦ ਪਤਾ ਨਹੀਂ ਯਾਰ ਹੁਣ ਕਰਨਾ ਕੀ ਹੈ। ਉਸ ਤੋਂ ਬਾਅਦ ਕੀ ਕਹਿੰਦਾ, ਪੁਸ਼ ਦਾ ਸਲਾਈਡਿੰਗ ਸਲੋਟ ਕਰਤਾ, ਫਿਰ ਟਰਨ ਕਰੈਂਕ 7 ਟਾਈਮ, 1 2 3 4 5 6 7 ਲਓ ਬਈ 7 ਵਾਰੀ ਕੀਤਾ ਅਤੇ ਆਪਣੇ ਕੋਇਨ ਇੱਥੇ ਆ ਗਏ ਸ਼ਾਇਦ। ਓ ਬਾਈ ਸਾਹਿਬ, ਆਹ ਦੇਖੋ ਕੋਇਨ ਦਾ ਕੀ ਬਣ ਕੇ ਆ ਗਿਆ, ਕੋਇਨ ਦੇ ਉੱਤੇ ਛਪ ਕੇ ਆ ਗਿਆ ਬਈ ਆ। ਵਾਓ, ਮੈਨੂੰ ਲੱਗਦਾ 2 ਫਰੈਂਕ ਉਹਨੇ ਰੱਖ ਲਿਆ, ਮੇਰਾ ਜਿਹੜਾ 20 ਵਾਲਾ ਸੀ ਨਾ ਉਹਦੇ 'ਤੇ ਬਣਾ ਤਾ ਉਹਨੇ ਇੱਦਾਂ ਦਾ। ਮੈਂ ਸੋਚਿਆ 2 ਫਰੈਂਕ ਨਹੀਂ ਕਰੂਗਾ, 20 ਸੈਂਟ ਨਹੀਂ ਚਾਰਜ ਹੋ ਸਕਦਾ, ਮਤਲਬ 2 ਫਰੈਂਕ ਉਹਦੇ ਚਾਰਜ ਸੀਗਾ, 180-90 ਰੁਪਏ, ਅਤੇ ਉਹਦੇ 'ਚ ਆਹ ਮੈਨੂੰ ਸੋਵੀਨੀਅਰ ਮਿਲ ਗਿਆ ਬਈ ਇੱਕ ਤਰ੍ਹਾਂ ਦਾ। ਅਤੇ ਰੈਸਟੋਰੈਂਟ ਤਾਂ ਬੰਦ ਸੀ, ਫਿਰ ਇੱਥੇ ਮੈਨੂੰ ਇੱਕ ਮਸਾਲਾ ਚਾਏ ਦੇਖ ਗਈ, ਇਹ ਲੈ ਲਈ ਮੈਂ। ਥੱਲੇ ਦੇਖ ਰਿਹਾ ਬਈ ਗਲੇਸ਼ੀਅਰ ਦਾ ਨਜ਼ਾਰਾ ਬਿਲਕੁਲ, ਇੱਦਾਂ ਕਿਵੇਂ ਕੋਨੇ 'ਤੇ ਬਣਾਇਆ ਯਾਰ ਇਹਨਾਂ ਨੇ। ਇੱਥੇ ਮਿਲ ਗਈ ਮਸਾਲਾ ਚਾਹ, ਉੱਦਾਂ ਦੀ ਤਾਂ ਨਹੀਂ ਹੈ ਜਿਵੇਂ ਆਪਣੀ ਹੁੰਦੀ ਹੈ, ਪਰ ਹਾਂ ਠੀਕ ਹੈ। ਆਹ ਟੈਂਪਰੇਚਰ ਸੀ ਬਈ, -16 ਹੀ ਸੀਗਾ, -19 ਤੱਕ ਮੈਕਸੀਮਮ ਜਾਊਗਾ। ਹਵਾ ਚੱਲ ਰਹੀ ਹੈ, ਹਵਾ ਹੀ ਤਾਂ ਬਈ ਕੰਮ ਖਰਾਬ ਕਰ ਰਹੀ ਆ, 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਹੈ। ਹੁਣ ਬਈ ਥੱਲੇ ਮੈਨੂੰ ਲੱਗਦਾ ਆਪਾਂ ਇਸ ਟ੍ਰੇਨ ਤੋਂ ਜਾਵਾਂਗੇ, ਕਿਉਂਕਿ ਆਉਂਦੀ ਵਾਰ ਆਪਾਂ ਆਏ ਸੀ ਦੂਜੇ ਤੋਂ। ਉਹ ਵੀ ਫਿਰ ਇੱਕ ਰਾਹ 'ਚ ਸਟੋਪ ਲੈ ਲਿਆ ਅਤੇ ਇੱਥੇ ਉੱਤਰ ਗਏ ਆਪਾਂ, ਇਸ ਟ੍ਰੇਨ ਰਾਹੀਂ ਆਏ ਹਾਂ। ਪਿਛਲੀ ਵਾਰ ਆਪਾਂ ਗਏ ਸੀਗੇ ਯਾਰ, ਵਧੀਆ ਹੈ, ਅਲੱਗ ਅਲੱਗ ਚੀਜ਼ਾਂ 'ਤੇ ਟਰਾਈ ਕਰਾ ਰਹੇ ਹਾਂ। ਕੇਬਲ ਕਾਰ 'ਤੇ ਗਏ ਸੀਗੇ, ਪਹਿਲਾਂ ਬੱਸ 'ਤੇ ਆਏ, ਫਿਰ ਕੇਬਲ ਕਾਰ 'ਤੇ ਗਏ, ਫਿਰ ਅੱਗੇ ਇੱਕ ਟ੍ਰੇਨ ਫੜ ਕੇ ਗਏ, ਉਹ ਟ੍ਰੇਨ ਫੜ ਕੇ ਵਾਪਸ ਆਏ, ਫਿਰ ਥੱਲੇ ਹੁਣ ਆਪਾਂ ਇਸ ਟ੍ਰੇਨ ਰਾਹੀਂ ਜਾ ਰਹੇ ਹਾਂ। ਹੁਣ ਆਪਾਂ ਅੱਧ ਵਿਚਾਲੇ ਆ ਗਏ, ਮੈਂ ਮੇਰੇ ਗਰੁੱਪ ਤੋਂ ਅਲੱਗ ਹੋ ਗਿਆ, ਹੁਣ ਮੈਨੂੰ ਇਹ ਨਹੀਂ ਪਤਾ ਕਿਤੇ ਪਤੰਦਰ ਮੈਨੂੰ ਛੱਡ ਹੀ ਨਾ ਜਾਣ ਇੱਥੇ, ਫਿਰ ਕਿਤੇ ਆਪ ਜਾਣਾ ਪਵੇ ਜ਼ੁਰਿਕ।
ਇਸ ਜਗ੍ਹਾ ਦੇ ਉੱਤੇ ਵੀ ਬਈ ਕਈ ਸਾਰੀਆਂ ਬਾਲੀਵੁੱਡ ਫਿਲਮਾਂ ਸ਼ੂਟ ਹੋਈਆਂ ਮੈਨੂੰ ਲੱਗਦਾ। ਇਹ ਦੇਖ ਕੇ ਮੈਨੂੰ ਇੱਦਾਂ ਯਾਦ ਆ ਰਿਹਾ ਇਸ ਜਗ੍ਹਾ ਨੂੰ ਨਾ। ਹੁਣ ਪਤਾ ਨਹੀਂ ਫਿਲਮਾਂ ਦੇ ਨਾਂ ਮੈਨੂੰ ਇੰਨੇ ਬਹੁਤੇ ਪਤਾ ਨਹੀਂ, ਕਿਉਂਕਿ ਬਈ ਮੈਂ ਬਹੁਤਾ ਫਿਲਮਾਂ ਦੇਖਣ ਦਾ ਸ਼ੌਕੀਨ ਨਹੀਂ ਹਾਂ। ਪਹਿਲਾਂ ਕਿਤੇ ਛੋਟੇ ਹੁੰਦੇ ਆ ਚੱਲਦੀਆਂ ਟੀ ਵੀ 'ਤੇ ਦੇਖ ਲਈਦੀਆਂ ਸੀਗੀਆਂ, ਤਾਂ ਕਰਕੇ ਇੱਦਾਂ ਦੇਖ ਕੇ ਥੋੜ੍ਹਾ ਥੋੜ੍ਹਾ ਯਾਦ ਆ ਜਾਂਦਾ। ਲਓ ਵੀ ਹੁਣ ਇੱਕ ਆਹ ਟ੍ਰੇਨ ਹੈ ਇਹ ਬਦਲ ਕੇ, ਅਤੇ ਹੁਣ ਮੈਨੂੰ ਲੱਗਦਾ ਐਂਡ ਪੁਆਇੰਟ ਤੱਕ ਲੈ ਜਾਣਗੇ ਜਿੱਥੇ ਸਾਡੀ ਬੱਸ ਖੜ੍ਹੀ ਆ। ਉਹ ਵੀ ਇੱਥੇ ਉੱਤਰ ਗਏ ਅਤੇ ਹੁਣ ਚੱਲਦੇ ਹਾਂ ਥੱਲੇ, ਸ਼ਾਇਦ ਐਗਜ਼ਿਟ ਕਰਾਂਗੇ ਅਤੇ ਇੱਥੇ ਬੱਸ ਖੜ੍ਹੀ ਹੋਊਗੀ। ਵੈਸੇ ਆਹ ਟ੍ਰੇਨ ਹੈ ਜਿਹੜੀ ਇੰਟਰਲੈਕਨ ਜਾ ਰਹੀ ਆ, ਸਾਡੀ ਬੱਸ ਇੰਟਰਲੈਕਨ ਨਹੀਂ, ਸਾਨੂੰ ਇੱਥੋਂ ਤੱਕ ਲੈ ਕੇ ਆਈ ਸੀਗੀ। ਉਹ ਵੀ ਇੱਥੇ ਖੜ੍ਹੀ ਆ ਬੱਸ, ਅਤੇ ਬੱਸ ਨੂੰ ਤਾਂ ਬਾਈ ਕਰ ਰਿਹਾ ਤਿਆਰ ਪੂਰਾ। ਯਾਰ ਆਹ ਮਾਹੌਲ ਦੇਖੋ, ਹੋਰ ਮਹੀਨੇ ਕੁ ਨੂੰ ਨਾ ਆਹ ਜਿਹੜਾ ਮਤਲਬ ਅੱਧ ਹਰਾ ਜਿਹਾ ਦਿਖ ਰਿਹਾ, ਇਹ ਸਾਰੇ ਪਹਾੜ ਬਿਲਕੁਲ ਹਰੇ ਹਰੇ ਦਿਖਣਗੇ, ਔਰ ਫਿਰ ਆ ਘਰ ਹੋਰ ਜ਼ਿਆਦਾ ਵਧੀਆ ਲੱਗਦੇ ਆ। ਦੇਖੋ ਹਰੇਕ ਮੌਸਮ ਦਾ ਆਪਦਾ ਆਪਦਾ ਨਜ਼ਾਰਾ, ਅਤੇ ਮੈਂ ਮਹੀਨੇ ਡੇਢ ਮਹੀਨੇ ਬਾਅਦ ਦੁਬਾਰਾ ਫਿਰ ਆਊਂਗਾ ਇੱਥੇ, ਕੋਸ਼ਿਸ਼ ਰਹੂਗੀ ਮੇਰੀ ਇੱਥੇ। ਪੈਸੇ ਤਾਂ ਮਹਿੰਗਾ ਇਹਨਾਂ ਨੇ ਕੰਨੀ ਹੱਥ ਤਾਂ ਲਵਾ ਦਿੰਦਾ ਇਹ ਮੇਰੇ ਲਵਾ 'ਤੇ, ਪਰ ਮੈਂ ਫਿਰ ਆਊਂਗਾ ਦੁਬਾਰਾ। ਸੋਹਣਾ ਬਹੁਤ ਲੱਗਿਆ ਮੈਨੂੰ। ਲਓ ਵੀ ਸਵੇਰੇ ਇੱਥੋਂ ਟੂਰ ਸ਼ੁਰੂ ਕੀਤਾ ਸੀ ਅਤੇ ਇੱਥੇ ਹੀ ਪਹੁੰਚ ਗਏ, ਇਹਨਾਂ ਨੇ ਕਾਰਡ ਦਿੱਤਾ। ਚਲੋ ਚੱਲਦੇ ਹਾਂ ਹੁਣ ਇੱਥੋਂ ਸਬਵੇ ਦੇਖਦਾ ਕਿਹੜਾ ਨੇੜੇ ਆ। ਪਹੁੰਚ ਗਏ ਜ਼ੂਰਿਕ, ਇੱਥੋਂ ਜਾਊਂਗਾ ਸਬਵੇ, ਸਬਵੇ ਖਾ ਕੇ ਅਤੇ ਜਾਊਂਗਾ ਹੋਸਟਲ ਵਾਪਸ। ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ, ਕਾਫੀ ਲੰਬੀ ਹੋ ਗਈ ਹੋਣੀ ਹੈ ਵੀਡੀਓ। ਜੇਕਰ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ, ਜੇਕਰ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕਰਦੇ ਤਾਂ ਉੱਥੇ ਫੋਲੋ ਕਰ ਸਕਦੇ ਹੋ। ਕੱਲ੍ਹ ਮਿਲਾਂਗੇ ਤੁਹਾਨੂੰ, ਕੱਲ੍ਹ ਦੇਖਦੇ ਹਾਂ ਇੱਕ ਦੋ ਪਲਾਨ ਹੈਗੇ ਆ, ਅਤੇ ਉਸ ਤੋਂ ਬਾਅਦ ਫਿਰ ਮੈਂ ਨੈਕਸਟ ਅੱਗੇ ਇਟਲੀ ਵੀ ਨਿਕਲਣਾ। ਸੋ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਊਗੀ। ਚੰਗਾ ਜੀ, ਸਤਿ ਸ਼੍ਰੀ ਅਕਾਲ, ਰੱਬ ਰਾਖਾ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।